ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਤੇ ਅੱਜ ਦੀ ਕਲਾਸ ਦੇ ਵਿੱਚ ਸਾਡਾ ਜੋ ਟੌਪਿਕ ਆ ਉਹ ਹੈ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਜਿਸ ਦੀ ਜਾਣਕਾਰੀ ਸਾਨੂੰ ਭਾਰਤੀ ਸੰਵਿਧਾਨ ਦੇ ਭਾਗ 4 ਦੇ ਵਿੱਚ ਮਿਲਦੀ ਆ ਅਨੁਸ਼ੇਦ 36 ਤੋਂ ਲੈ ਕੇ 51 ਤੱਕ ਇਨਾਂ ਦਾ ਮਤਲਬ ਹੈ ਜਾਨੀ ਕਿ ਇਹ ਇਸ ਤਰ੍ਹਾਂ ਦੇ ਸਿਧਾਂਤ ਆ ਜੋ ਰਾਜਾਂ ਨੂੰ ਨੀਤੀਆਂ ਬਣਾਉਣ ਵਿੱਚ ਹੈਲਪ ਕਰਨਗੇ ਉਹਨਾਂ ਨੂੰ ਐਡਵਾਈਸ ਦੇਣਗੇ ਕਿ ਤੁਸੀਂ ਕਿਸ ਤਰ੍ਹਾਂ ਦੇ ਕੰਮ ਕਰਨੇ ਆ ਕਿਸ ਤਰ੍ਹਾਂ ਦੇ ਨਹੀਂ ਤੇ ਆਰਟੀਕਲ 36 ਤੋਂ ਲੈ ਕੇ 51 ਤੱਕ ਸਾਨੂੰ ਇਹ ਦੱਸਿਆ ਹੋਇਆ ਕਿ ਕਿਹੜੇ ਰਾਜ ਸਰਕਾਰ ਨੂੰ ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ ਤੇ ਹੁਣ ਜਿਵੇਂ ਐਲਾਨ VOTING ਹੁੰਦੀ ਆ ਵੋਟਾਂ ਤੋਂ ਜਦੋਂ ਹੋਣੀਆਂ ਹੁੰਦੀਆਂ ਉਸ ਤੋਂ ਪਹਿਲਾਂ ਹੀ ਐਲਾਨ ਕਰਨੇ ਸ਼ੁਰੂ ਹੋ ਜਾਂਦੇ ਆ ਕਿ ਅਸੀਂ ਲੋਕਾਂ ਲਈ ਇਹ ਕਰਾਂਗੇ ਅਸੀਂ ਲੋਕਾਂ ਲਈ ਇਹ ਕਰਾਂਗੇ ਤਾਂ ਲੋਕਾਂ ਦੇ ਕਲਿਆਣ ਦੀ ਗੱਲ ਆਰਟੀਕਲ 36 ਤੋਂ 51 ਤੱਕ ਕੀ ਕੀਤੀ ਗਈ ਆ ਠੀਕ ਹੈ ਤਾਂ ਭਾਰਤੀ ਸੰਵਿਧਾਨ ਦੇ ਸਲਾਹਕਾਰ ਸੀ ਬੀ ਐਨ ਰਾਉ ਇਹਨਾਂ ਨੇ ਸਲਾਹ ਦਿੱਤੀ ਸੀ ਕਿ ਭਾਰਤੀ ਸੰਵਿਧਾਨ ਵਿੱਚ ਦੋ ਤਰ੍ਹਾਂ ਦੇ ਮੂਲ ਸੰਵਿਧਾਨ ਮੂਲ ਅਧਿਕਾਰ ਰੱਖੇ ਜਾਣ ਇੱਕ ਤਾਂ ਮੌਲਿਕ ਅਧਿਕਾਰ ਜੋ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਤੁਰੰਤ ਬਾਅਦ ਅਸੀਂ ਲੋਕਾਂ ਨੂੰ ਦੇ ਦੇਣੇ ਆ ਤੇ ਦੂਸਰੇ ਰਾਜਾਂ ਦੇ ਨੀਤੀ ਨਿਰਦੇਸ਼ਕ ਤੱਤ ਇਹ ਵੀ ਇੱਕ ਤਰ੍ਹਾਂ ਦਾ ਮੂਲ ਅਧਿਕਾਰ ਹੀ ਆ ਇਸ ਲਈ ਇਸ ਨੂੰ ਜਸਟ ਮੂਲ ਅਧਿਕਾਰ ਤੋਂ ਬਾਅਦ ਰੱਖਿਆ ਗਿਆ ਕਿਉਂਕਿ ਬੀ ਐਨ ਰਾਉ ਦਾ ਕਹਿਣਾ ਸੀ ਕਿ ਦੋ ਤਰ੍ਹਾਂ ਦੇ ਮੂਲ ਅਧਿਕਾਰ ਰੱਖੇ ਜਾਣ ਜਿਸ ਦੇ ਵਿੱਚ ਕੀ ਆ ਕੀ ਇੱਕ ਤਾਂ ਸੀ ਲਾਗ ਸੰਵਿਧਾਨ ਲਾਗੂ ਹੋਣ ਤੋਂ ਤੁਰੰਤ ਬਾਅਦ ਲੋਕਾਂ ਨੂੰ ਦੇ ਦਿੰਨੇ ਆ ਜਿਹੜੇ ਭਾਗ 3 ਦੇ ਵਿੱਚ ਆ ਭਾਗ 4 ਆ ਜਿਹੜੇ ਕੁਝ ਸਮੇਂ ਦੇ ਬਾਅਦ ਕਿਉਂਕਿ ਦੇਸ਼ ਦੇ ਕੋਲੇ ਉਸ ਸਮੇਂ ਇਨੀ ਸੰਪਤੀ ਨਹੀਂ ਸੀ ਕਿ ਉਹ ਲੋਕਾਂ ਨੂੰ ਫ੍ਰੀ ਦੇ ਵਿੱਚ ਸਿੱਖਿਆ ਪ੍ਰੋਵਾਈਡ ਕਰ ਸਕੇ ਸਿਹਤ ਦਾ ਅਧਿਕਾਰ ਦੇ ਸਕੇ ਤਾਂ ਬੀ ਐਨ ਰਾਓ ਨੇ ਇਸ ਕਰਕੇ ਕਿਹਾ ਸੀ ਕਿ ਇਹਨੂੰ ਸੈਕੰਡ ਕੈਟਾਗਰੀ ਦੇ ਵਿੱਚ ਰੱਖ ਦਿੰਨੇ ਆ ਇਹ ਸਭ ਮੈਂ ਤੁਹਾਨੂੰ ਤਾਂ ਦੱਸ ਰਹੀਆਂ ਤਾਂ ਜੋ ਤੁਹਾਨੂੰ ਇਹ ਕਲਾਸ ਨੂੰ ਐਜ਼ ਅ ਟੈਸਟ ਮੰਨ ਕੇ ਚੱਲਣ ਦੀ ਅ ਮਤਲਬ ਆਸਾਨੀ ਹੋਵੇ ਤਾਂ ਤੁਹਾਨੂੰ ਵਧੀਆ ਲੱਗੇ ਥੋੜੀ ਅੱਗੇ ਜਾ ਕੇ ਜੋ ਤੁਸੀਂ ਐਮਸੀਕਿਊ ਨੂੰ ਕਵਰ ਕਰਨਾ ਹੈ ਠੀਕ ਹੈ ਤੇ ਇੱਕ ਬਹੁਤ ਇੰਪੋਰਟੈਂਟ ਫੈਕਟ ਹੈ ਕਿ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਅਸੀਂ ਆਇਰਲੈਂਡ ਤੋਂ ਲਈ ਆ ਪਰ ਪੇਪਰ ਦੇ ਵਿੱਚ ਹੁਣ ਆਇਰਲੈਂਡ ਨਹੀਂ ਆਉਂਦਾ ਕਿਉਂਕਿ ਇਹ ਤਾਂ ਇੱਕ ਵਾਰ ਪੁੱਛਿਆ ਜਾ ਚੁੱਕਿਆ ਦੋ ਵਾਰ ਪੁੱਛਿਆ ਜਾ ਚੁੱਕਿਆ ਫਿਰ ਇਹਨੂੰ ਥੋੜਾ ਘਵਾ ਦਿੰਦੇ ਆ ਇਹ ਪੁੱਛਿਆ ਗਿਆ ਕਿ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਭਾਰਤੀ ਸੰਵਿਧਾਨ ਦੇ ਵਿੱਚ ਆਇਰਲੈਂਡ ਤੋਂ ਲਈ ਗਏ ਆ ਅਤੇ ਆਇਰਲੈਂਡ ਨੇ ਕਿਹੜੇ ਦੇਸ਼ ਤੋਂ ਲਈ ਆ ਆਇਰਲੈਂਡ ਨੇ ਸਪੈਨ ਤੋਂ ਲਈ ਆ ਸਪੈਨ ਨੇ ਆਪ ਬਣਾਏ ਸੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਦੂਸਰਾ ਹੈ ਜੀ ਨੀਤੀ ਨਿਰਦੇਸ਼ਕਤ ਤੱਤ ਉਹ ਅਧਿਕਾਰ ਆ ਜੋ ਸਰਕਾਰ ਜਨਤਾ ਨੂੰ ਦੇਣਾ ਚਾਹੁੰਦੀ ਆ ਪਰ ਗਵਰਨਮੈਂਟ ਕੋਲ ਇੰਨਾ ਪੈਸਾ ਨਹੀਂ ਸੀ ਇਸ ਕਰਕੇ ਇਸ ਨੂੰ ਭਾਗ 3 ਦੇ ਵਿੱਚ ਨਹੀਂ ਰੱਖਿਆ ਗਿਆ ਤੇ ਕਹਿ ਦਿੱਤਾ ਗਿਆ ਕਿ ਸੁਪਰੀਮ ਕੋਰਟ ਵਿੱਚ ਇਸ ਸੁਪਰੀਮ ਕੋਰਟ ਆ ਜਿਹੜੀ ਇਸ ਦੇ ਵਿੱਚ ਇੰਟਰਫੇਅਰ ਨਹੀਂ ਕਰੇਗੀ ਇਹ ਸਰਕਾਰ ਦੀ ਇੱਛਾ ਤੇ ਡਿਪੈਂਡ ਹੈ ਕਿ ਉਹ ਲੋਕਾਂ ਨੂੰ ਦੇਣਾ ਚਾਹੁੰਦੀ ਆ ਕਿ ਨਹੀਂ ਦੇਣਾ ਚਾਹੁੰਦੀ ਤਾਂ ਇਸ ਬਾਰੇ ਕੇਟੀ ਸ਼ਾਣੀ ਕਿਹਾ ਸੀ ਕਿ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਬੈਂਕ ਦੇ ਉਸ ਚੈੱਕ ਦੇ ਬਰਾਬਰ ਆ ਜਿਹੜਾ ਅਸੀਂ ਕੱਟ ਤਾਂ ਆਪਣੀ ਮਰਜ਼ੀ ਨਾਲ ਸਕਦੇ ਆ ਪਰ ਬੈਂਕ ਪੈਸੇ ਆਪਣੀ ਮਰਜ਼ੀ ਦੇ ਅਨੁਸਾਰ ਦੇਵੇਗੀ ਠੀਕ ਹੈ ਤੇ ਇਸ ਨਾਲ ਹੀ ਡਾਕਟਰ ਭੀਮrao ਅੰਬੇਡਕਰ ਨੇ ਕਿਹਾ ਸੀ ਕਿ ਭਾਗ 4 ਇਹ ਸਰਕਾਰ ਨੂੰ ਲੋਕ ਕਲਿਆਣ ਲਈ ਮਜਬੂਰ ਕਰੇਗਾ ਜਦੋਂ ਇਹ ਲਾਗੂ ਹੋ ਜਾਵੇਗਾ ਤਾਂ ਸਮਾਜ ਦੇ ਅੰਦਰ ਉੱਚ ਨੀਸ ਦੀ ਭਾਵਨਾ ਤੇ ਆਰਥਿਕ ਜਾਨੀ ਕਿ ਗਰੀਬੀ ਅਮੀਰੀ ਦੀ ਭਾਵਨਾ ਵਾ ਜਿਹੜੀ ਇਹ ਖਤਮ ਹੋ ਜਾਵੇਗੀ ਠੀਕ ਹੈ ਇਸ ਤਰ੍ਹਾਂ ਦੇ ਸਿਧਾਂਤ ਆ ਇਸ ਦੇ ਵਿੱਚ ਜੇ ਹੁਣ ਦੇਖੋ ਜਦੋਂ ਕੋਈ ਕੋਈ ਵੀ ਸਰਕਾਰ ਐਲਾਨ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕਰਦੇ ਆ ਜਿਹੜੇ ਵੀ ਬੰਦੇ ਖੜੇ ਹੁੰਦੇ ਆ ਆਪੋਜੀਸ਼ਨ ਪਾਰਟੀ ਦੇ ਵਿੱਚ ਕਿ ਅਸੀਂ ਤੁਹਾਡੇ ਕਲਿਆਣ ਲਈ ਇਹ ਕਰਾਂਗੇ ਇਹ ਕਰਾਂਗੇ ਉਹ ਸਾਰਾ ਆਰਟੀਕਲ 36 ਤੋਂ ਲੈ ਕੇ 51 ਤੱਕ ਦੱਸਿਆ ਵਾ ਜਿਹਨੂੰ ਅਸੀਂ ਐ MCQ ਕਵਰ ਕਰਨ ਵਾਲੇ ਆ ਤੇ ਤੁਹਾਨੂੰ ਬਹੁਤ ਕੁਝ ਨਵਾਂ ਵੀ ਪਤਾ ਚੱਲੇਗਾ ਤੇ ਬਹੁਤ MCQ ਆ ਜਿਹੜੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ ਹੀ ਮਿਲੇ ਆ ਜ਼ਿਆਦਾਤਰ UPSC SSC ਲੈਵਲ ਤੇ ਪੰਜਾਬ ਪੁਲਿਸ ਕਨਸਟੇਬਲ ਕਿਉਂਕਿ ਇਹ ਸਾਰੇ UPSC ਲੈਵਲ ਨੂੰ ਹੀ ਫੋਲੋ ਕਰਦੇ ਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਸੰਵਿਧਾਨ ਦੇ ਕਿਹੜੇ ਹਿੱਸੇ ਵਿੱਚ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਜ਼ਿਕਰ ਕੀਤਾ ਗਿਆ ਦਾ ਭਾਗ 4 ਦੇ ਵਿੱਚ ਕੀਤਾ ਗਿਆ ਉਮੀਦ ਕਰਦੀ ਹਾਂ ਕਿ ਇਸ ਦਾ ਆਨਸਰ ਵੀ ਤੁਸੀਂ ਆਪਣੇ ਆਪ ਹੀ ਦੇਖ ਕੇ ਅਟੈਂਪਟ ਕਰਨ ਦੇ ਵਿੱਚ ਤੁਹਾਨੂੰ ਆਸਾਨੀ ਹੋ ਰਹੀ ਹੈ ਕਿਉਂਕਿ ਪਹਿਲਾਂ ਜੋ ਤੁਹਾਨੂੰ ਇੰਪੋਰਟੈਂਟ ਫੈਕਟ ਦੱਸ ਦਿੱਤੇ ਆ ਤੇ ਨੈਕਸਟ ਦਾ ਐਮਸੀਕਿਊ ਦਾ ਆਨਸਰ ਵੀ ਤੁਸੀਂ ਆਪਣੇ ਆਪ ਕਮੈਂਟ ਬਾਕਸ ਦੇ ਵਿੱਚ ਲਿਖੋ ਕਿਹੜੇ ਅਨੁਸ਼ੇਦ ਵਿੱਚ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੀ ਵਿਆਖਿਆ ਕੀਤੀ ਗਈ ਆ ਤਾਂ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਥੰਬਨੇਲ ਤੇ ਵੀ ਤੁਸੀਂ ਦੇਖ ਚੁੱਕੇ ਹੋ ਤਾਂ 36 ਤੋਂ 51 ਤੱਕ ਰਾਜਾਂ ਦੇ ਨੀਤੀ ਨਿਰਦੇਸ਼ਕ સિਧਾਂਤਾਂ ਜਿਨ੍ਹਾਂ ਦੀ ਗੱਲ ਹੋਈ ਹੈ ਦੇਖੋ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ 399 ਅਨੁਛੇਦ ਸੀਗੇ ਜਿਨ੍ਹਾਂ ਦੇ ਵਿੱਚੋਂ 1 ਤੋਂ ਲੈ ਕੇ 4 ਤੱਕ ਅਸੀਂ ਕਵਰ ਕਰ ਚੁੱਕੇ ਹਾਂ ਭਾਗ 1 ਦੇ ਵਿੱਚ ਭਾਗ 2 ਦੇ ਵਿੱਚ ਨਾਗਰਿਕਤਾ ਨਾਲ ਸੰਬੰਧਿਤ 5 ਤੋਂ 11 ਭਾਗ 3 ਦੇ ਵਿੱਚ ਅਸੀਂ 12 ਤੋਂ 35 ਤੱਕ ਕਵਰ ਕੀਤਾ ਠੀਕ ਹੈ ਤੇ ਭਾਗ 4 36 ਤੋਂ 51 ਤੱਕ ਆ ਗਿਆ ਇਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਸੀਕੁਐਂਸ ਵਾਈਜ਼ ਫਿਰ ਤੁਹਾਨੂੰ ਇਹ ਯਾਦ ਰਹਿ ਜਾਣਗੇ ਨੈਕਸਟ ਹੈ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ ਹਾਂਜੀ ਭਾਰਤੀ ਸੰਵਿਧਾਨ ਵਿੱਚ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿਹੜੇ ਸੰਵਿਧਾਨ ਤੋਂ ਲਏ ਆ ਸੀ ਆਇਰਲੈਂਡ ਤੋਂ ਲਈਆ ਤੇ ਆਇਰਲੈਂਡ ਨੇ ਕਿਹੜੇ ਤੋਂ ਲਈ ਸੀ ਸਪੈਨ ਤੋਂ ਲਈਆ ਐਜ਼ ਅ ਟੈਸਟ ਮੰਨ ਕੇ ਚੱਲਣ ਦੀ ਕੋਸ਼ਿਸ਼ ਕਰੋ ਕਿਉਂਕਿ ਉਮੀਦ ਕਰਦੇ ਹਾਂ ਕਿ ਹੁਣ ਇਹ ਤੋਂ ਕਲਾਸ ਤੁਹਾਡੇ ਲਈ ਥੋੜੀ ਈਜ਼ੀ ਹੋਵੇਗੀ ਇਸ ਤੋਂ ਇਲਾਵਾ ਮੈਂ ਥਿਊਰੀ ਲੈਕਚਰ ਪੂਰੀ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਕਿ 36 ਤੋਂ 51 ਤੱਕ ਕੀ ਕਿਹਾ ਗਿਆ ਵਾ ਤਾਂ ਉਸ ਨੂੰ ਵੀ ਤੁਸੀਂ ਕਵਰ ਕਰ ਸਕਦੇ ਹੋ ਫਿਰ ਤੁਹਾਨੂੰ ਹੋਰ ਵੀ ਆਸਾਨੀ ਹੋਵੇਗੀ ਐਜ਼ ਅ ਟੈਸਟ ਮੰਨਣ ਦੇ ਵਿੱਚ ਨੈਕਸਟ ਹੈ ਆਇਰਲੈਂਡ ਨੇ ਆਪਣੇ ਸੰਵਿਧਾਨ ਵਿੱਚ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਕਦੋਂ ਜਗ੍ਹਾ ਦਿੱਤੀ ਸੀ ਹਾਂਜੀ ਆਇਰਲੈਂਡ ਨੇ ਕਦੋਂ ਅਪਣਾਇਆ ਸੀ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ 1937 ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਬਾਰੇ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਕਥਨ ਲਿਖੇ ਜਾਂ ਪੜਕੇ ਹੀ ਦੇਖਣਾ ਪੈਣਾ ਤਾਂ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਬਾਰੇ ਕਿਹੜਾ ਕਥਨ ਸਹੀ ਹੈ ਇਸ ਬਾਰੇ ਤੁਸੀਂ ਧਿਆਨ ਚ ਰੱਖਣਾ ਪੇਪਰ ਦੇ ਵਿੱਚ ਇਦਾਂ ਦੇ ਹੀ ਐਮਸੀਕਿਊ ਆਉਂਦੇ ਆ ਥਿਉਰੀ ਟਾਈਪ ਤੇ ਦੇਖਣਾ ਕਿ ਗਲਤ ਪੁੱਛਿਆ ਕਿ ਸਹੀ ਪੁੱਛਿਆ ਠੀਕ ਹੈ ਹੁਣ ਉਹਨਾਂ ਨੇ ਸਹੀ ਪੁੱਛਿਆ ਤਾਂ ਪੜਦੇ ਹਾਂ ਸਭ ਤੋਂ ਪਹਿਲਾਂ ਪਹਿਲਾ ਕਥਨ ਉਹਨਾਂ ਦੀ ਨੈਤਿਕ ਅਤੇ ਰਾਜਨੀਤਿਕ ਮਾਨਤਾ ਨਹੀਂ ਹੈ ਇਹ ਗਲਤ ਹੈ ਜੀ ਰਾਜਾਂ ਦੇ ਨੀਤੀ ਨਿਰਦੇਸ਼ਕ ਸੰਧਾਨਾਂ ਦੀ ਨੈਤਿਕ ਮਾਨਤਾ ਵੀ ਹੈ ਤੇ ਰਾਜਨੀਤਿਕ ਮਾਨਤਾ ਵੀ ਹੈ ਪਰ ਇੱਥੇ ਲਿਖਿਆ ਨਹੀਂ ਤੇ ਉਹਨਾਂ ਦਾ ਸੁਭਾਅ ਸਮਾਜਵਾਦੀ ਆ ਹਾਂਜੀ ਰਾਜਾਂ ਦੇ ਨੀਤੀ ਨਿਰਦੇਸ਼ਕ ਸੰਧਾਨਾਂ ਦਾ ਸੁਭਾਅ ਕੀ ਆ ਸਮਾਜਵਾਦੀ ਆ ਮਤਲਬ ਰਾਜ ਜੋ ਵੀ ਕੰਮ ਕਰੇਗਾ ਸਮਾਜ ਦੇ ਭਲੇ ਲਈ ਕਰੇਗਾ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਰੇਗਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਦਾ ਫਾਇਦਾ ਹੋਵੇ ਤਾਂ ਇਹ ਬਿਲਕੁਲ ਸਹੀ ਆ ਨੈਕਸਟ ਉਹ ਆਪਣੇ ਆਪ ਲਾਗੂ ਹੋ ਜਾਂਦੇ ਹਨ ਨਹੀਂ ਜੀ ਇਹ ਆਪਣੇ ਆਪ ਲਾਗੂ ਨਹੀਂ ਹੁੰਦੇ ਇਨਾਂ ਨੂੰ ਅਦਾਲਤ ਦੁਆਰਾ ਕਾਨੂੰਨੀ ਤੌਰ ਤੇ ਲਾਗੂ ਕੀਤਾ ਜਾਂਦਾ ਇਹ ਵੀ ਗਲਤ ਆ ਨਾ ਤਾਂ ਇਹਨਾਂ ਨੂੰ ਅਦਾਲਤ ਦੁਆਰਾ ਕਾਨੂੰਨੀ ਤੌਰ ਤੇ ਲਾਗੂ ਕੀਤਾ ਜਾਂਦਾ ਠੀਕ ਹੈ ਇਹਨਾਂ ਨੂੰ ਸੰਸਦ ਦੁਆਰਾ ਲਾਗੂ ਕੀਤਾ ਜਾਂਦਾ ਵਾ ਬਿਲ ਪਾਸ ਕਰਕੇ ਨੈਕਸਟ ਹੈ ਨਿਰਦੇਸ਼ਕ ਸੱਤਤਾ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਹਾਂਜੀ ਨਿਰਦੇਸ਼ਕ ਸੱਤਤਾ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਨਿਰਦੇਸ਼ਕ ਪ੍ਰਭਾਵ ਵਾਲੇ ਅਧਿਕਾਰ ਆਪਸ਼ਨ ਬੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿੰਨਾ ਤੇ ਆਧਾਰਿਤ ਹਨ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਜਿਹੜੇ ਕਿੰਨਾ ਤੇ ਆਧਾਰਿਤ ਆ ਲੋਕਾਂ ਦੇ ਭਲੇ ਲਈ ਆ ਤੇ ਵਿਅਕਤੀਗਤ ਅਧਿਕਾਰਾਂ ਦੀ ਸੁਰੱਖਿਆ অপਸ਼ਨ ਬੀ ਇਥੇ ਰਾਈਟ ਆਨਸਰ ਹੈ ਵਿਅਕਤੀਗਤ ਅਧਿਕਾਰਾਂ ਦੀ ਰੱਖਿਆ ਕਰਨ ਦੇ ਆਧਾਰਿਤ ਆ ਠੀਕ ਹੈ ਨੈਕਸਟ ਹੈ ਨੀਤੀ ਦਿਸ਼ਾ ਨਿਰਦੇਸ਼ ਦੇ ਤੱਤਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਜਾਨੀ ਕਿ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਵਾ ਤੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ ਇੰਪੋਰਟੈਂਟ ਹੈ ਤੁਹਾਡੇ ਲਈ ਤਿੰਨ ਭਾਗਾਂ ਦੇ ਵਿੱਚ ਕਿਹੜਾ-ਕਿਹੜਾ ਸਮਾਜਵਾਦੀ ਸਿਧਾਂਤ ਸਮਾਜਵਾਦੀ ਸਿਧਾਂਤ ਵਾਰੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜਿਹੜਾ ਮਤਲਬ ਸਮਾਜ ਦੇ ਭਲੇ ਲਈ ਸਾਰੇ ਕੰਮ ਕਰਨੇ ਆ ਸਮਾਜ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨੇ ਆ ਕਿ ਜਿਆਦਾ ਤੋਂ ਜਿਆਦਾ ਲੋਕਾਂ ਦਾ ਭਲਾ ਹੋਵੇ ਫਿਰ ਦੂਸਰਾ ਹੈਗਾ ਜੀ ਗਾਂਦੀਵਾਦੀ ਸਿਧਾਂਤ ਗਾਂਦੀਵਾਦ ਸਿਧਾਂਤ ਮਤਲਬ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਸੀ ਜੋ ਗਾਂਧੀ ਜੀ ਚਾਹੁੰਦੇ ਸੀ ਕੀ ਸੰਵਿਧਾਨ ਵਿੱਚ ਐਡ ਹੋਣੀਆਂ ਚਾਹੀਦੀਆਂ ਪਰ ਉਹਨਾਂ ਨੂੰ ਐਡ ਨਹੀਂ ਕੀਤਾ ਗਿਆ ਕਿਉਂਕਿ ਦੇਸ਼ ਕੋਲ ਇੰਨੀ ਸੰਪਤੀ ਨਹੀਂ ਸੀ ਕਿ ਉਹ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਤੁਰੰਤ ਲੋਕਾਂ ਨੂੰ ਦੇ ਸਕਣ ਇਸ ਲਈ ਇਹਨਾਂ ਨੂੰ ਭਾਗ 4 ਦੇ ਵਿੱਚ ਰੱਖਿਆ ਗਿਆ ਜਿਵੇਂ ಗ್ರಾಮ ਪੰਚਾਇਤ ਨਗਰਪਾਲਿਕਾ ਆਰਟੀਕਲ 40 ਦੇ ਵਿੱਚ ਅਸੀਂ ਪੜਾਂਗੇ 40 ਦੇ ਵਿੱਚ ਠੀਕ ਹੈ ਇਹਦੇ ਬਾਰੇ ਦੱਸਾਂਗੇ ਆਰਟੀਕਲ ਬਾਰੇ ਵੀ ਅੱਗੇ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਨਾ ਵਾ ਤੇ ਐਸ ਐਮਸੀਕਿਊ ਹੀ ਕਰਨਾ ਵਾ ਉਹਦੇ ਬਾਰੇ ਤਾਂ ਇਸ ਕਰਕੇ ਇਹਨਾਂ ਨੂੰ ਭਾਗ 4 ਦੇ ਵਿੱਚ ਰੱਖਿਆ ਗਿਆ ਇਸ ਕਰਕੇ ਇਸ ਵਿੱਚ ਗਾਂਧੀਵਾਦ ਸਿਧਾਂਤ ਸ਼ਾਮਿਲ ਆ ਹੋਰ ਕਿਹੜੇ ਆ ਉਧਾਰਬੋਧਿਕ ਸਿਧਾਂਤ ਸ਼ਾਮਿਲ ਆ ਜਾਨੀ ਕਿ ਨਿਰਦੇਸ਼ਕ ਜਿਵੇਂ ਸਮਾਨ ਨਾਗਰਿਕਤਾ ਸਹਾਇਤਾ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਸਮਾਨ ਨਾਗਰਿਕਤਾ ਸਹਾਇਤਾ ਜਿਹਨੂੰ ਅਸੀਂ ਯੂਨੀਫਾਰਮ ਸਿਵਲ ਕੋਡ ਕਹਿੰਦੇ ਆ ਤਾਂ ਇਹ ਹੁਣ ਲਾਗੂ ਕੀਤਾ ਗਿਆ ਵਾ ਜੀ 2024 ਦੇ ਵਿੱਚ ਤੇ ਇਸ ਬਾਰੇ ਤੁਹਾਨੂੰ ਆ ਸਕਦਾ ਇਸ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਵਾ ਉੱਤਰਾਖੰਡ ਤੇ ਸਭ ਤੋਂ ਪਹਿਲਾਂ ਸੰਵਿਧਾਨ ਦੇ ਅਕੋਰਡਿੰਗ ਮਤਲਬ ਲਾਗੂ ਕਰਨ ਵਾਲਾ ਰਾਜ ਸੀਗਾ ਗੋਆ ਪਰ ਹੁਣ ਇਹਨੂੰ ਲਾਗੂ ਹੋਣ ਤੋਂ ਬਾਅਦ ਮਤਲਬ ਕਿ ਇਹਨੂੰ ਪਰਮਿਸ਼ਨ ਮਿਲਣ ਤੋਂ ਬਾਅਦ ਉੱਤਰਾਖੰਡ ਨੇ ਪਹਿਲੀ ਵਾਰ ਇਸ ਨੂੰ ਲਾਗੂ ਕੀਤਾ ਇਸ ਕਰਕੇ ਤੁਹਾਨੂੰ ਐਜ਼ ਅ ਕਰੰਟ ਅਫੇਅਰ ਵੀ ਆ ਸਕਦਾ ਵਾ ਕਲੀਅਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿਵੇਂ ਸਮਾਨ ਨਾਗਰਿਕਤਾ ਸਹਾਇਤਾ 14 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਸਿੱਖਿਆ ਜ਼ਰੂਰੀ ਆ ਖੇਤੀਬਾੜੀ ਪਸ਼ੂ ਪਾਲਣ ਦਾ ਵਿਕਾਸ ਵਾਤਾਵਰਨ ਦੀ ਰੱਖਿਆ ਕਰਨਾ ਇਤਿਹਾਸਿਕ ਇਮਾਰਤਾਂ ਸਥਾਨਾਂ ਦੀ ਰੱਖਿਆ ਕਰਨਾ ਇਹ ਸਾਰੇ ਉਦਾਰ ਬੋਧਿਕ ਸੰਧਾਨ ਦੇ ਵਿੱਚ ਆ ਜਾਂਦੇ ਆ ਨੈਕਸਟ ਹੈ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਕਰਨ ਲਈ ਕੋਈ ਵੀ ਨਾਗਰਿਕ ਹਾਂਜੀ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਵਾਉਣ ਦੇ ਲਈ ਜੇ ਸਾਨੂੰ ਨਹੀਂ ਮਿਲ ਰਹੀ ਇਸ ਦੇ ਲਈ ਕੋਈ ਵੀ ਨਾਗਰਿਕ ਕਿਸੇ ਵੀ ਅਦਾਲਤ ਦੇ ਵਿੱਚ ਨਹੀਂ ਜਾ ਸਕਦਾ ਇਹ ਸਰਕਾਰ ਦੀ ਮਰਜ਼ੀ ਹੈ ਕਿ ਉਹ ਤੁਹਾਨੂੰ ਦੇਣਾ ਚਾਹੁੰਦੀ ਹੈ ਕਿ ਨਹੀਂ ਜਿਵੇਂ ਪੰਜਾਬ ਦੇ ਵਿੱਚ ਆਟਾ ਦਾਲ ਕਣਕ ਸਕੀਮ ਚੱਲ ਰਹੀ ਆ ਇਸ ਦੇ ਤਹਿਤ ਸਾਨੂੰ ਆਟਾ ਮਿਲਦਾ ਵਾ ਰਾਸ਼ਨ ਮਿਲਦਾ ਵਾ ਠੀਕ ਹੈ ਤਾਂ ਇਹ ਦੇ ਵਿੱਚ ਕੀ ਹੈ ਕਿ ਜੇਕਰ ਸਾਨੂੰ ਨਹੀਂ ਮਿਲ ਰਿਹਾ ਤਾਂ ਅਸੀਂ ਸੁਪਰੀਮ ਕੋਰਟ ਨਹੀਂ ਜਾ ਸਕਦੇ ਕਿ ਸਾਨੂੰ ਨਹੀਂ ਮਿਲ ਰਿਹਾ ਹੈ ਸਰਕਾਰ ਦੀ ਮਰਜ਼ੀ ਹੈ ਸਾਨੂੰ ਦੇਣਾ ਕਿ ਨਹੀਂ ਕਿਉਂਕਿ ਰਾਜਾਂ ਦੇ ਲਈ ਬਣਿਆ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਕੀ ਰਾਜਾਂ ਨੇ ਕੀ ਕਰਨਾ ਵਾ ਲੋਕਾਂ ਦੇ ਕਲਿਆਣ ਦੇ ਲਈ ਕਿਹੜੀਆਂ ਨੀਤੀਆਂ ਨੂੰ ਅਪਣਾਉਣਾ ਵਾ ਵੈਸੇ ਤਾਂ ਰਾਜਾਂ ਨੂੰ ਆਪਣੇ ਆਪ ਹੀ ਅਪਣਾਉਣਾ ਪੈ ਰਿਹਾ ਵਾ ਇਹਨਾਂ ਨੂੰ ਠੀਕ ਹੈ ਨੈਕਸਟ ਹੈ ਜੀ ਸੰਵਿਧਾਨ ਸਭਾ ਵਿੱਚ ਨਿਰਦੇਸ਼ਕ ਸਿਧਾਂਤ ਕਿਸ ਨੇ ਬਣਾਏ ਹਾਂਜੀ ਸੰਵਿਧਾਨ ਸਭਾ ਦੇ ਵਿੱਚ ਨਿਰਦੇਸ਼ਕ ਸਿਧਾਂਤ ਕਿਸ ਨੇ ਬਣਾਏ ਸੀ ਤਾਂ ਇਹ ਬਣਾਏ ਸੀ ਜੀ ਦੇਖੋ ਜਦੋਂ ਸੰਵਿਧਾਨ ਬਣ ਰਿਹਾ ਸੀਗਾ ਉਸ ਸਮੇਂ ਸੰਵਿਧਾਨ ਦੇ ਵਿੱਚ ਨਿਰਦੇਸ਼ਕ ਸਿਧਾਂਤ ਬਣਾਏ ਸੀਗੇ ਮੌਲਿਕ ਅਧਿਕਾਰਾਂ ਦੀ ਸਬ ਕਮੇਟੀ ਨੇ অপਸ਼ਨ ਬੀ ਇਸ ਆ ਰਾਈਟ ਆਨਸਰ ਦੇਖੋ ਮੌਲਿਕ ਅਧਿਕਾਰ ਤਾਂ ਬਣਾ ਦਿੱਤੇ ਪਿਰ ਜਿਹੜੀਆਂ ਕਮੇਟੀਆਂ ਸੀਗੀਆਂ ਉਹਨਾਂ ਨੇ ਮੰਗ ਕੀਤੀ ਸੀ ਕਿ ਇਦਾਂ ਦੇ ਮੌਲਿਕ ਅਧਿਕਾਰ ਵੀ ਰੱਖੇ ਜਾਣ ਜਿਹੜੇ ਲੋਕਾਂ ਦੇ ਜਦੋਂ ਸਰਕਾਰ ਦੀ ਵੋਟਾਂ ਦੀ ਖਾਤਰ ਥੋੜਾ ਲਾਲਚ ਦੇ ਕੇ ਲੋਕਾਂ ਦੇ ਕਲਿਆਣ ਬਾਰੇ ਸੋਚੇ ਆਪਣੇ ਆਪ ਹੀ ਲੋਕਾਂ ਦਾ ਕਲਿਆਣ ਹੋਵੇ ਤਾਂ ਇਸ ਕਰਕੇ ਮੌਲਿਕ ਅਧਿਕਾਰਾਂ ਦੀ ਸਬ ਕਮੇਟੀ ਦੁਆਰਾ ਇਹਨਾਂ ਨੂੰ ਭਾਗ 4 ਦੇ ਵਿੱਚ ਰੱਖ ਕੇ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਦਾ ਨਾਮ ਦਿੱਤਾ ਗਿਆ ਤੇ ਬਣਾਏ ਗਏ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਨੀਤੀ ਦੇ ਨਿਰਦੇਸ਼ਕ ਸਿਧਾਂਤ ਜਾਨਕਿ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਕਿਸਕ ਕਮੇਟੀ ਦੀ ਸ਼ਿਫਾਰਿਸ਼ ਦੇ ਆਧਾਰ ਤੇ ਸੰਵਿਧਾਨ ਵਿੱਚ ਸ਼ਾਮਿਲ ਕੀਤੀ ਗਈ ਕਿਹੜੀ ਕਮੇਟੀ ਦੀ ਸ਼ਿਫਾਰਿਸ਼ ਦੇ ਆਧਾਰ ਤੇ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਸੀ ਸੱਪਰੂ ਕਮੇਟੀ ਦੀ ਸ਼ਿਫਾਰਿਸ਼ ਦੇ ਆਧਾਰ ਤੇ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਠੀਕ ਹੈ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਸਪਰੂ ਕਮੇਟੀ ਦੀ ਸਿਫਾਰਿਸ਼ ਦੇ ਆਧਾਰ ਤੇ ਸ਼ਾਮਿਲ ਕੀਤੇ ਗਏ ਸੀ ਨੈਕਸਟ ਹੈ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਇੱਕ ਚੈੱਕ ਆ ਜੋ ਬੈਂਕ ਦੀ ਸਹੂਲਤ ਅਨੁਸਾਰ ਅਦਾ ਕੀਤਾ ਜਾਵੇਗਾ ਇਹ ਕਿਸ ਦਾ ਬਿਆਨ ਆ ਹਾਂਜੀ ਇਹ ਬੈਂਕ ਦਾ ਉਹ ਚੈੱਕ ਆ ਜਿਸ ਨੂੰ ਅਸੀਂ ਕੱਟ ਤਾਂ ਆਪਣੀ ਮਰਜ਼ੀ ਨਾਲ ਸਕਦੇ ਆ ਪਰ ਬੈਂਕ ਪੈਸੇ ਆਪਣੀ ਮਰਜ਼ੀ ਦੇ ਅਨੁਸਾਰ ਦੇਵੇਗਾ ਇਸ ਦਾ ਮੀਨਿੰਗ ਇਹ ਆ ਤੇ ਇਹ ਕਥਨ ਕਿਹਦਾ ਸੀ ਕੇਟੀ ਸਾਹ ਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਨਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਵੱਖਣ ਵਿਲੱਖਣ ਵਿਸ਼ੇਸ਼ਤਾ ਵਾਲੇ ਕਿਸ ਨੇ ਕਿਹਾ ਹਾਂਜੀ ਇਹ ਕਿਸ ਨੇ ਕਿਹਾ ਕਿ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਜਿਹੜੇ ਇਹ ਵਿਲੱਖਣ ਵਿਸ਼ੇਸ਼ਤਾ ਵਾਲੇ ਸਿਧਾਂਤ ਹਨ ਤਾਂ ਇਹ ਕਿਹਾ ਸੀ ਡਾਕਟਰ ਭੀਮਰਾਓ ਅੰਬੇਡਕਰ ਨੇ অপਸ਼ਨ A ਇਸ ਦਾ ਰਾਈਟ ਆਨਸਰ ਕਿਉਂਕਿ ਇਹਨਾਂ ਦਾ ਮੰਨਣਾ ਸੀ ਕਿ ਜਿਹੜਾ ਭਾਗ 4 ਆ ਇਹ ਰਾਜਾਂ ਨੂੰ ਲੋਕ ਰਾਜ ਸਰਕਾਰ ਨੂੰ ਲੋਕਾਂ ਦੇ ਕਲਿਆਣ ਦੇ ਲਈ ਮਜਬੂਰ ਕਰੇਗਾ ਨੈਕਸਟ ਹੈ ਕਿਸ ਨੇ ਕਿਹਾ ਸੀ ਕਿ ਡੀਪੀਐਸਪੀ ਡੀਪੀਐਸਪੀ ਵੀ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਨੂੰ ਹੀ ਕਿਹਾ ਜਾਂਦਾ ਵਾ ਠੀਕ ਹੈ ਇਸ ਦੀ ਫੁੱਲ ਫਾਰਮ ਕੀ ਹੈ ਜਿਹੜੇ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸਣ ਕਿ ਡੀਪੀ SDP SP ਦੀ ਫੁੱਲ ਫਾਰਮ ਕੀ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕਹਿ ਦਿੱਤਾ ਜਾਂਦਾ ਜੀ ਇਹਨੂੰ ਠੀਕ ਹੈ ਤਾਂ ਕਿਸ ਨੇ ਰਾਜਾਂ ਦੇ ਨੀਤੀ ਨਿਰਦੇਸ਼ਕ ਤੱਤਾਂ ਦਾ ਉਦੇਸ਼ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਦੱਸਿਆ ਆਰਥਿਕ ਲੋਕਤੰਤਰ ਦੀ ਸਥਾਪਨਾ ਕੌਣ ਕਰੇਗਾ ਮਤਲਬ ਕਿ ਗਰੀਬੀ ਅਮੀਰੀ ਦੀ ਭਾਵਨਾ ਖਤਮ ਹੋ ਜਾਵੇਗੀ ਤੇ ਇਹ ਦੱਸਿਆ ਸੀ ਡਾਕਟਰ ਅੰਬੇਡਕਰ ਨੇ ਡਾਕਟਰ ਭੀਮrao ਅੰਬੇਡਕਰ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਨਿਮਨ ਲਿਖਤ ਵਿੱਚੋਂ ਕਿਸ ਨੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਸੰਵਿਧਾਨ ਦੀ ਆਤਮਾ ਮਾ ਵਜੂ ਦਰਸਾਇਆ ਦੇਖੋ ਸਾਰੇ ਹੀ ਐਮਸੀਕਿਊ ਲਗ ਲਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਆ ਬਸ ਮੈਂ ਇੱਥੇ ਪਿੱਛੇ ਟਾਈਪ ਨਹੀਂ ਕੀਤਾ ਕਿ ਕਿਹੜੇ ਕਿਹੜੇ ਐਗਜ਼ਾਮ ਦੇ ਵਿੱਚ ਆਏ ਆ ਕਿਉਂਕਿ ਇੱਕ ਤੋਂ ਦੋ ਦੂਜੇ ਐਗਜ਼ਾਮ ਦੇ ਵਿੱਚ ਫਿਰ ਤੀਸਰੇ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਕੋਈ ਕਈ ਐਮਸੀਕਿਊ ਤਾਂ ਇਦਾਂ ਦੇ ਆ ਜਿਹੜੇ 4-4 5-5 ਪੇਪਰਾਂ ਦੇ ਵਿੱਚ ਰਿਪੀਟ ਹੋ ਚੁੱਕੇ ਆ ਇਸ ਕਰਕੇ ਮੈਂ ਲਿਖਿਆ ਨਹੀਂਗਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਪੀਡੀਐਫ ਟਾਈਪ ਕਰਨ ਲਈ ਬਹੁਤ ਜ਼ਿਆਦਾ ਦੇਰ ਲੱਗ ਜਾਂਦੀ ਹੈ ਜਦ ਮੈਂ ਤੁਹਾਨੂੰ ਇੱਕ ਵਾਰ ਕਹਤਾ ਕਿ ਐਗਜ਼ਾਮ ਦੇ ਵਿੱਚ ਆ ਚੁੱਕੇ ਆ ਤਾਂ ਮਤਲਬ ਆ ਚੁੱਕੇ ਆ ਕਰ ਸਕਦੇ ਹੋ ਕੋਈ ਵੀ ਐਗਜ਼ਾਮ ਚੱਕ ਕੇ ਤੁਹਾਨੂੰ ਇੱਕ MCQ ਜਰੂਰ ਮਿਲੇਗਾ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚੋਂ ਹਰੇਕ ਭਾਗ ਦੇ ਵਿੱਚੋਂ ਨਿਮਨਲਿਖਤ ਵਿੱਚੋਂ ਕਿਸ ਨੇ ਰਾਜ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਸੰਵਿਧਾਨ ਦੀ ਆਤਮਾ ਕਿਹਾ ਹਾਂਜੀ ਸੰਵਿਧਾਨ ਦੀ ਆਤਮਾ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਕਿਹਾ ਸੀ ਗ੍ਰੀਨ ਵਿਲੇ ਆਸਟਿਨ ਨੇ অপਸ਼ਨ B ਇਜ਼ ਦਾ ਰਾਈਟ ਆਨਸਰ ਵੈਸੇ ਸੰਵਿਧਾਨ ਦੀ ਆਤਮਾ ਕਿਹਨੂੰ ਕਿਹਾ ਜਾਂਦਾ ਪ੍ਰਸਤਾਵਨਾ ਨੂੰ ਵੀ ਕਿਹਾ ਜਾਂਦਾ ਆਰਟੀਕਲ 32 ਨੂੰ ਵੀ ਬੋਲ ਦਿੱਤਾ ਜਾਂਦਾ ਡਿਪੈਂਡ ਕਰਦਾ ਕਿ অপਸ਼ਨਸ ਕੀ ਆਉਂਦੀਆਂ ਨੇ ਨੈਕਸਟ ਹੈ ਮੌਲਿਕ ਅਧਿਕਾਰਾਂ ਤੇ ਨਿਰਦੇਸ਼ਕ ਸਿਧਾਂਤਾਂ ਵਿੱਚ ਘਰ ਪਹਿਲਾ ਵਿਵਾਦ ਕੇਸ ਮਾਮਲੇ ਵਿੱਚ ਸਾਹਮਣੇ ਆਇਆ ਸੀ ਹਾਂਜੀ ਮੌਲਿਕ ਅਧਿਕਾਰਾਂ ਤੇ ਨਿਰਦੇਸ਼ਕ ਸਿਧਾਂਤਾਂ ਵਿੱਚ ਘਰ ਪਹਿਲਾ ਵਿਵਾਦ ਆਇਆ ਸੀ ਕਿਹੜੇ ਮਾਮਲੇ ਦੇ ਵਿੱਚ ਆਇਆ ਸੀ ਚੰਪਕਮ ਦੋਰਾਈ ਰਾਜਨ ਕੇਸ ਦੇ ਵਿੱਚ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਇਸ ਵਿੱਚ ਕੀ ਸੀ ਇਹ ਪਹਿਲਾਂ ਇਹ ਦੱਸੋ ਤੁਸੀਂ ਏ 1951 ਦਾ ਵਿਵਾਦ ਆ ਠੀਕ ਹੈ ਇਹ ਸਨ ਯਾਦ ਰੱਖੋ ਇਸ ਵਿੱਚ ਕੀ ਸੀ ਕਿ ਜੇਕਰ ਰਾਜ ਸਰਕਾਰ ਨੇ ਕੋਈ ਕਾਨੂੰਨ ਬਣਾਉਣਾ ਤੇ ਉਸ ਵਿੱਚ ਮੌਲਿਕ ਅਧਿਕਾਰ ਪ੍ਰਭਾਵਿਤ ਹੋ ਰਿਹਾ ਵਾ ਤਾਂ ਕਿਸ ਤੋਂ ਸਹੀ ਮੰਨਿਆ ਜਾਵੇਗਾ ਠੀਕ ਹੈ ਇਹਦੇ ਵਿੱਚ ਇਹ ਸਵਾਲ ਉੱਠਿਆ ਸੀਗਾ ਕਿ ਜੇਕਰ ਅਸੀਂ ਰਾਜ ਸਰਕਾਰ ਕੋਈ ਕਾਨੂੰਨ ਬਣਾ ਰਹੀ ਹੈ ਲੋਕਾਂ ਦੇ ਕਲਿਆਣ ਲਈ ਪਰ ਉਹਦੇ ਨਾਲ ਸਾਡੇ ਮੌਲਿਕ ਅਧਿਕਾਰ ਆ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਆ ਤਾਂ ਕਿਹੜੇ ਨੂੰ ਸਹੀ ਮੰਨਾਂਗੇ ਮੌਲਿਕ ਅਧਿਕਾਰ ਨੂੰ ਜਾਂ ਮੌਲਿਕ ਕਰਤਾ ਆ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਨੂੰ ਤਾਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਜੇਕਰ ਦੋਵਾਂ ਦੇ ਵਿਚਕਾਰ ਟਕਰਾਅ ਹੋ ਰਿਹਾ ਜੇਕਰ ਰਾਜ ਸਰਕਾਰ ਨੇ ਕਾਨੂੰਨ ਬਣਾਤਾ ਤਾਂ ਮੌਲਿਕ ਅਧਿਕਾਰ ਅਤੇ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿਚਕਾਰ ਕੋਈ ਟਕਰਾਅ ਪੈਦਾ ਹੋ ਰਿਹਾ ਤਾਂ ਮੂਲ ਅਧਿਕਾਰ ਹੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਅਤੇ ਮੂਲ ਅਧਿਕਾਰ ਸਭ ਤੋਂ ਉੱਪਰ ਆ ਤੇ ਇਸ ਕਰਕੇ ਅਸੀਂ ਮੂਲ ਅਧਿਕਾਰਾਂ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਤੇ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਫਿਰ ਜਿਹੜੇ ਉਸ ਸਮੇਂ ਲਾਗੂ ਨਹੀਂ ਕੀਤੇ ਜਾਣਗੇ ਜੇਕਰ ਸਾਡੇ ਮੌਲਿਕ ਅਧਿਕਾਰ ਪ੍ਰਭਾਵਿਤ ਹੋ ਰਹੇ ਆ ਠੀਕ ਹੈ ਇਹ ਸੀਗਾ ਜੀ ਇਸ ਦੇ ਵਿੱਚ ਅੱਗੇ ਵੀ ਅਸੀਂ ਇੱਕ ਕੇਸ ਬਾਰੇ ਪੜਨਾ ਵਾ ਸੋ ਉੱਥੋਂ ਤੁਹਾਨੂੰ ਹੋਰ ਕਲੀਅਰ ਹੋਊਗਾ ਨੈਕਸਟ ਹੈ ਕਿਸ ਕੇਸ ਵਿੱਚ ਇਹ ਕਿਹਾ ਗਿਆ ਸੀ ਕਿ ਮੌਲਿਕ ਅਧਿਕਾਰ ਅਤੇ ਨਿਰਦੇਸ਼ਕ ਸਿਧਾਂਤ ਇੱਕ ਦੂਜੇ ਦੇ ਪੂਰਕ ਹਨ ਤਾਂ ਇਹ ਕਿਹਾ ਗਿਆ ਸੀ ਵੀ ਜਿ ਮਿਨਰਵਾ ਮਿਲਸ ਕੇਸ ਦੇ ਵਿੱਚ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਇਸ ਦੀ ਸਪੈਲਿੰਗ ਤੁਹਾਨੂੰ ਇਸ ਤਰ੍ਹਾਂ ਵੀ ਆ ਸਕਦੇ ਆ ਮਿਨਰਵਾ ਮਿਲਸ ਠੀਕ ਹੈ ਜਾਂ ਮਿਨਵਾਨ ਮਿਲਸ ਤਾਂ ਇਸ ਵੈਸੇ ਤਾਂ ਇਹੀ ਸਹੀ ਆ ਮਿਨਰਵਾ ਮਿਲਸ ਕੇਸ 1980 ਦੀ ਗੱਲ ਹੈ ਇਸ ਤੋਂ ਇਹਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਗੋਲਕਨਾਥ 1967 ਦਾ ਕੇਸ ਸਮਝਣਾ ਪੈਣਾ ਗੋਲਕਨਾਥ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਰਾਜਾਂ ਦੇ ਨੀਤੀ ਨਿਰਦੇਸ਼ਕ ਤੱਤਾਂ ਨੂੰ ਲਾਗੂ ਕਰਨ ਲਈ ਮੂਲ ਅਧਿਕਾਰਾਂ ਵਿੱਚ ਸੋਧ ਕਰਨੀ ਪਵੇ ਤਾਂ ਮੂਲ ਅਧਿਕਾਰਾਂ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ ਠੀਕ ਹੈ ਫਿਰ ਉਸ ਤੋਂ ਬਾਅਦ ਮਿਨੇਰਵਾ ਮਿਲਸ 1980 ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਮੂਲ ਅਧਿਕਾਰ ਨਿਰਦੇਸ਼ਕ ਸਿਧਾਂਤਾਂ ਤੋਂ ਉੱਪਰ ਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਇਨ੍ਹਾਂ ਨੂੰ ਵੀ ਲਾਗੂ ਕੀਤਾ ਜਾ ਸਕਦਾ ਪਰ ਜੇਕਰ ਸੰਸਦ ਨੂੰ ਲੱਗਦਾ ਕਿ ਇਨ੍ਹਾਂ ਦੋਵਾਂ ਵਿੱਚ ਕੋਈ ਟਕਰਾਅ ਆ ਰਿਹਾ ਤਾਂ ਨਿਰਦੇਸ਼ਕ ਤੱਤਾਂ ਨੂੰ ਲਾਗੂ ਕਰਨ ਲਈ ਮੂਲਿਕ ਅਧਿਕਾਰਾਂ ਦੇ ਵਿੱਚ ਸੰਸਦ ਸੋਧ ਕਰ ਸਕਦੀ ਆ ਠੀਕ ਹੈ ਇਹ ਸੀਗਾ ਇਸ ਕੇਸ ਦੇ ਵਿੱਚ ਨੈਕਸਟ ਹੈ ਇਸ ਸੋਧ ਦੁਆਰਾ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਮੌਲਿਕ ਅਧਿਕਾਰਾਂ ਵਿੱਚ ਜੋੜਿਆ ਗਿਆ ਅਤੇ 14 19 ਤੇ 31 ਨੂੰ ਤਰਜੀਹ ਦਿੱਤੀ ਗਈ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੌਲਿਕ ਅਧਿਕਾਰਾਂ ਜਿਹੜੇ ਇਹ ਸਭ ਤੋਂ ਉੱਪਰ ਆ ਮਤਲਬ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਤੋਂ ਵੀ ਉੱਪਰ ਆ ਪਰ ਬਾਅਦ ਵਿੱਚ ਇਹ ਕਹਿ ਦਿੱਤਾ ਗਿਆ ਕਿ ਆਰਟੀਕਲ 14 ਆਰਟੀਕਲ 19 ਤੇ ਆਰਟੀਕਲ 31 ਤੋਂ ਉੱਪਰ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਹੀ ਰਹਿਣਗੇ ਦੇਖੋ ਆਰਟੀਕਲ 14 19 ਤੇ 31 ਇਹ ਆਉਂਦੇ ਆ ਮੌਲਿਕ ਅਧਿਕਾਰਾਂ ਵਿੱਚ ਮੌਲਿਕ ਅਧਿਕਾਰ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਤੋਂ ਉੱਪਰ ਆ ਪਰ ਇਹਦੇ ਵਿੱਚ ਆਰਟੀਕਲ ਆਉਂਦੇ ਆ 12 ਤੋਂ 35 ਬਾਕੀ ਸਾਰੇ ਆਰਟੀਕਲ ਉੱਪਰ ਆ ਪਰ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਆਰਟੀਕਲ 14 19 ਅਤੇ 31 ਤੋਂ ਉੱਪਰ ਰਹਿਣਗੇ ਠੀਕ ਹੈ ਇਹ ਕਿਹਾ ਗਿਆ ਸੀਗਾ ਇਹ ਕਿਹੜੇ ਸੰਵਿਧਾਨ ਸੋਧਨ ਦੇ ਤਹਿਤ ਕਿਹਾ ਗਿਆ ਸੀ 42ਵੀਂ ਸੋਧ ਹੋਈ ਸੀ ਜੀ ਕਦੋਂ ਹੋਈ ਸੀ 1976 ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਦੋਂ ਤੁਸੀਂ 42ਵੀਂ ਯਾਦ ਰੱਖਣੀ ਆ 4+2 ਕਿੰਨੇ ਹੁੰਦੇ ਆ 6 ਤਾਂ ਤੁਸੀਂ ਇਥੋਂ ਯਾਦ ਰੱਖ ਸਕਦੇ ਆ ਕਿ 1976 ਕਿਉਂਕਿ ਜ਼ਿਆਦਾਤਰ ਐਗਜ਼ਾਮ ਦੇ ਵਿੱਚ ਅਸੀਂ ਪਸਲ ਹੋ ਜਾਂਦੇ ਆ ਕਿ 1976 ਸੀ ਜਾਂ 1978 ਸੀ ਤਾਂ 42ਵੀਂ ਸੋਧ 1976 ਦੇ ਵਿੱਚ ਹੋਈ ਸੀ ਤਾਂ ਇਹਦੇ ਵਿੱਚ ਕਹਿ ਦਿੱਤਾ ਗਿਆ ਕਿ ਆਰਟੀਕਲ 19 14 19 ਅਤੇ 31 ਤੋਂ ਉੱਪਰ ਆ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤ ਨੈਕਸਟ ਹੈ ਜੀ ਬਰਾਬਰ ਨੇ ਆ ਤੇ ਮੁਫਤ ਫੋਟੋਕਲ ਸਹਾਇਤਾ ਦਾ ਜ਼ਿਕਰ ਹੈ ਹਾਂਜੀ ਬਰਾਬਰ ਨਿਆਂ ਅਤੇ ਮੁਫਤ ਫੁੱਟਕਲ ਸਹਾਇਤਾ ਦਾ ਜ਼ਿਕਰ ਕਿਹੜੇ ਆਰਟੀਕਲ ਦੇ ਵਿੱਚ ਦਿੱਤਾ ਗਿਆ ਵਾਂ ਤਾਂ ਇਹ ਦਿੱਤਾ ਗਿਆ ਜੀ ਆਰਟੀਕਲ 39 39 ਦੇ ਖੰਡ 1 ਦੇ ਵਿੱਚ অপਸ਼ਨ A ਇਸ ਦਾ ਰਾਈਟ ਆਨਸਰ ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਦੇਖੋ ਇਸ ਦੇ ਵਿੱਚ ਕੀ ਕਿਹਾ ਗਿਆ ਕਿ ਇਹ ਬਰਾਬਰ ਨਿਆਂ ਮੁਫਤ ਕਾਨੂੰਨੀ ਸਹਾਇਤਾ ਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਪ੍ਰਦਾਨ ਕਰੇਗਾ ਇਹ ਆਰਟੀਕਲ 39 ਦੇਖਾਂਡ 1 ਦੇ ਵਿੱਚ ਕਿਹਾ ਗਿਆ ਵਾ ਕਿ ਬਰਾਬਰ ਤਨਖਾਹ ਪ੍ਰਦਾਨ ਕਰੇਗਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਮਤਲਬ ਇਹ ਨਹੀਂ ਕਿ ਜੇਕਰ ਅਸੀਂ ਸਕੂਲ ਵਿੱਚ ਐਗਜ਼ਾਮਪਲ ਲੈ ਰਹੀਆਂ ਕਿ ਜੇਕਰ ਸਕੂਲ ਦੇ ਵਿੱਚ ਇੱਕ ਇੰਗਲਿਸ਼ ਅਧਿਆਪਕ ਮੇਲ ਆ ਠੀਕ ਹੈ ਇੰਗਲਿਸ਼ ਅਧਿਆਪਕ ਆ ਮੇਲ ਤੇ ਉਸੇ ਤਰ੍ਹਾਂ ਉਹਦੇ ਪੈਰਲਰ ਆ ਇੰਗਲਿਸ਼ ਅਧਿਆਪਕ ਇੰਗਲਿਸ਼ ਅਧਿਆਪਕ ਫੀਮੇਲ ਠੀਕ ਹੈ ਤਾਂ ਉਹਨਾਂ ਦੋਨਾਂ ਦੀ ਤਨਖਾਹ बराबर ਹੋਵੇਗੀ ਇਹ ਨਹੀਂ ਕਿ ਉਹ ਫੀਮੇਲ ਆ ਤਾਂ ਇਸ ਕਰਕੇ ਉਹਦੀ ਤਨਖਾਹ ਘੱਟ ਹੋਵੇਗੀ ਤਾਂ ਬਰਾਬਰ ਨਿਆਂ ਤੇ ਮੁਫਤ ਫੁੱਟਕਲ ਸਹਾਇਤਾ ਆਰਟੀਕਲ 39 ਦੇ ਖੰਡ 1 ਦੇ ਵਿੱਚ ਕਹੀ ਗਈ ਆ ਹੁਣ ਤੁਸੀਂ ਸੋਚੋਗੇ ਆਰਟੀਕਲ 39 ਦੇ ਵਿੱਚ ਕੀ ਆ ਆਰਟੀਕਲ 39 ਦੇ ਵਿੱਚ ਆ ਰਾਜ ਦੁਆਰਾ ਪਾਲਣ ਕੀਤੇ ਜਾਣ ਵਾਲੀ ਨੀਤੀ ਨਿਰਦੇਸ਼ਕ ਦੇ સિਧਾਂਤ ਕਿ ਰਾਜਾਂ ਨੂੰ ਕੁਝ ਨੀਤੀ ਨਿਰਦੇਸ਼ਕ ਸਿਧਾਂਤ ਆ ਜਿਹੜੇ ਫਾਲੋ ਕਰਨੇ ਚਾਹੀਦੇ ਆ ਕਿਹੜੇ ਉਹ ਨੀਤੀ ਨਿਰਦੇਸ਼ਕ ਸਿਧਾਂਤ ਆ ਜਿਹੜੇ ਰਾਜਾਂ ਨੂੰ ਫਾਲੋ ਕਰਨੇ ਚਾਹੀਦੇ ਆ ਇਹ ਰੀਤੀ ਦੇਸ਼ਕ ਸੰਧਾਨਾਤਾ ਜੇ ਸਾਰੇ ਨਾਗਰਿਕਾਂ ਲਈ ਰੋਜੀ ਰੋਟੀ ਦੇ ਟੁਕਮੇ ਸਾਧਨਾਂ ਦਾ ਅਧਿਕਾਰ ਦੇਣਾ ਚਾਹੀਦਾ ਰਾਜਾਂ ਨੂੰ ਸਾਂਝੇ ਭਲੇ ਲਈ ਪਾਈਚਾਰਕ ਦੇ ਪਦਾਰਖ ਸਰੋਤਾਂ ਦੀ ਬਰਾਬਰ ਵੰਡ ਕਰਨੀ ਚਾਹੀਦੀ ਹੈ ਮਰਦਾਂ ਤੇ ਔਰਤਾਂ ਲਈ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਮਤਲਬ ਇਹ ਅਲੱਗ-ਅਲੱਗ ਜਿਹੜੇ ਉਹਦੇ ਖੰਡ 1 ਖੰਡ 2 ਦੇ ਵਿੱਚ ਇਦਾਂ ਦੱਸਾਇਆ ਗਿਆ ਵਾ ਨੈਕਸਟ ਹੈ ਜੀ ਕਿਹੜਾ ਅਨੁਸ਼ੇਧ ਔਰਤਾਂ ਦੀ ਜਨੈਪਾ ਸਹਾਇਤਾ ਅਧੀਨ ਦਿੱਤਾ ਗਿਆ ਹੈ ਹਾਂਜੀ ਦੇਖੋ ਜਿਵੇਂ ਆਪਾਂ ਸਕੂਲ ਟੀਚਰ ਦੀ ਮੈਂ ਆਪੇ ਵਿਸ਼ੇ ਐਗਜ਼ਾਮਪਲ ਲਈ ਸੀ ਜਦੋਂ ਸਕੂਲ ਟੀਚਰ ਮਤਲਬ ਕਿ ਜਨੇਪਾ ਸਹਾਇਤਾ ਪ੍ਰੈਗਨੈਂਸੀ ਦੇ ਸਮੇਂ ਉਹਨਾਂ ਨੂੰ ਲੀਵ ਮਿਲਦੀ ਆ ਤਾਂ ਉਹ ਕਿਹੜੇ ਆਰਟੀਕਲ ਦੇ ਤਹਿਤ ਮਿਲਦੀ ਆ ਇਹ ਮਿਲਦੀ ਆ ਜੀ ਆਰਟੀਕਲ 42 ਦੇ ਤਹਿਤ ਠੀਕ ਹੈ ਆਰਟੀਕਲ 42 ਦੇ ਵਿੱਚ ਗੱਲ ਹੋਈ ਆ ਕਿ ਜਨੇਪਾ ਸਹਾਇਤਾ ਜਨੇਪਾ ਸਹਾਇਤਾ ਅਧੀਨ ਕਿਹੜਾ ਅਨੁਸ਼ੇਧ ਔਰਤਾਂ ਨੂੰ ਅਧਿਕਾਰ ਦਿੰਦਾ ਵਿਸ਼ੇਸ਼ ਲੀਵ ਵਗੈਰਾ ਲੈਣ ਦਾ ਤੌਰ ਤਾਂ ਦੀ ਜਨੇਪਾ ਸਹਾਇਤਾ ਅਧੀਨ ਅਧਿਕਾਰ ਆ ਆਰਟੀਕਲ 42 ਕਲੀਅਰ ਹੋਇਆ ਹਾਂਜੀ ਜੇਕਰ ਅਸੀਂ ਇੱਥੇ ਗੱਲ ਕਰੀਏ ਆਰਟੀਕਲ 38 ਦੀ 39 ਦੀ ਗਲਤੀ ਕਰ ਚੁੱਕੇ ਹਾਂ ਆਰਟੀਕਲ 38 ਲੋਕ ਕਲਿਆਣ ਬਾਰੇ ਆ ਠੀਕ ਹੈ ਮਤਲਬ ਇਹਦੇ ਵਿੱਚ ਕੀ ਆ ਕਿ ਲੋਕਾਂ ਦਾ ਕਲਿਆਣ ਕੀਤਾ ਜਾਵੇਗਾ ਚਾਹੇ ਕਿਹੜੇ ਕਿਵੇਂ ਕੀਤਾ ਜਾਵੇਗਾ ਸਮਾਜਿਕ ਪੱਖੋਂ ਜਾਨੀ ਕਿ ਉਹਨਾਂ ਨੂੰ ਰਾਖਵਾ ਕਰਨ ਦੇ ਕੇ ਆਰਥਿਕ ਪੱਖੋਂ ਜਾਨੀ ਕਿ ਰਾਸ਼ਨ ਕਾਰਡ ਤੇ ਜਿਵੇਂ ਆਪਾਂ ਨੂੰ ਰਾਸ਼ਨ ਕਾਰਡ ਤੇ ਕਣਕ ਮਿਲਦੀ ਆ ਬੁਢਾਪਾ ਪੈਨਸ਼ਨ ਮਿਲਦੀ ਆ ਆਰਥਿਕ ਪੱਖੋਂ ਹੋ ਗਿਆ ਲੋਕਾਂ ਦਾ ਕਲਿਆਣ ਰਾਜਨੀਤਿਕ ਨੇ ਆ ਜਿਵੇਂ ਕੋਈ ਵੀ ਚੋਣ ਲੜ ਸਕਦਾ ਜਿਵੇਂ ਆਪਾਂ ਸਟੂਡੈਂਟਸ ਪਾਰਟੀ ਆਫ ਇੰਡੀਆ ਬਣਾ ਕੇ ਆਪਾਂ ਵੀ ਚੋਣ ਲੜ ਸਕਦੇ ਆ ਕਲੀਅਰ ਇਦਾਂ ਹੀ ਆਰਟੀਕਲ 41 ਦੇ ਵਿੱਚ ਆ ਆਰਟੀਕਲ 42 ਮੈਂ ਤੁਹਾਨੂੰ ਦੱਸਦਾ 41 ਦੇ ਵਿੱਚ ਆ ਕੁਝ ਸ਼ਰਤਾਂ ਵਿੱਚ ਕੰਮ ਅਤੇ ਸਿੱਖਿਆ ਤੇ ਜਨਤਕ ਸਹਾਇਤਾ ਦਾ ਅਧਿਕਾਰ ਮਤਲਬ ਕਿ ਰਾਜ ਸਰਕਾਰ ਆ ਜਿਹੜੀ ਉਹ ਆਪਣੀ ਆਰਥਿਕ ਸਮਰੱਥਾ ਅਤੇ ਵਿਕਾਸ ਦੀਆਂ ਸੀਮਾਵਾਂ ਦੇ ਅੰਦਰ ਬੇਰੁਜ਼ਗਾਰੀ ਬੁਢਾਪੇ ਬਿਮਾਰੀ ਅਪਾਹਜਤਾ ਅਤੇ ਅੰਨ ਚਾਹੇ ਲੋਕਾਂ ਦੇ ਲੋਕਾਂ ਦੇ ਭਲੇ ਲਈ ਕੰਮ ਕਰੇਗੀ ਇਦਾਂ ਦੇ ਉਪਬੰਧ ਬਣਾਏਗੀ ਇਸੇ ਕਰਕੇ ਰਾਸ਼ਟਰੀ ਸਮਾਜਿਕ ਪ੍ਰੋਗਰਾਮ ਜੋ 15 ਅਗਸਤ 1995 ਨੂੰ ਲਾਗੂ ਹੋਇਆ ਸੀ ਭਾਰਤੀ ਸੰਵਿਧਾਨ ਦੇ ਅਨੁਛੇਦ 41 ਦੇ ਉਪਬੰਧਾਂ ਨੂੰ ਪੂਰਾ ਕਰਦਾ ਵਾ ਇਸ ਦੇ ਤਹਿਤ ਪੰਜ ਸਕੀਮਾਂ ਵੀ ਚੱਲ ਰਹੀਆਂ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਰਾਸ਼ਟਰੀ ਵਿਧਵਾ ਪੈਨਸ਼ਨ ਰਾਸ਼ਟਰੀ ਅਪੰਗਤਾ ਪੈਨਸ਼ਨ ਰਾਸ਼ਟਰੀ ਪਰਿਵਾਰ ਲਾਭ ਯੋਜਨਾ ਅਨਪੂਰਨਾ ਸਕੀਮ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਆਰਟੀਕਲ 41 ਦੇ ਤਹਿਤ ਹੀ ਚਲਾਈਆਂ ਗਈਆਂ ਵਾ ਤੇ ਨੈਕਸਟ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਮਨਰੇਗਾ ਦਾ ਇਹ ਸੰਚਾਲਨ ਦੁਆਰਾ ਕਿਹੜੇ ਨੀਤੀ ਨਿਰਦੇਸ਼ਿਕ ਸਿਧਾਂਤਾਂ ਦੀ ਪਾਲਣਾ ਕੀਤੀ ਗਈ ਆ ਹਾਂਜੀ ਮਨਰੇਗਾ ਦੀ ਸਕੀਮ ਸ਼ੁਰੂ ਕੀਤੀ ਗਈ ਆ ਤਾਂ ਜੋ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਸੜਕਾਂ ਵਗੈਰਾ ਵਾ ਰੋਡ ਵਗੈਰਾ ਉਹ ਸਾਫ਼ ਰਹਿਣ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਇਹ ਮਨਰੇਗਾ ਦੀ ਜਿਹੜੀ ਸਕੀਮ ਆ ਇਹ ਕਿਹੜੇ ਆਰਟੀਕਲ ਦੇ ਤਹਿਤ ਸ਼ੁਰੂ ਕੀਤੀ ਗਈ ਸੀ ਇਹ ਆਰਟੀਕਲ 43 ਦੇ ਤਹਿਤ ਸ਼ੁਰੂ ਕੀਤੀ ਗਈ ਸੀ অপਸ਼ਨ ਡੀ ਇੱਥੇ ਰਾਈਟ ਆਨਸਰ ਹੈ ਕਿਹੜੇ ਆਰਟੀਕਲ ਦੇ ਤਹਿਤ ਆਰਟੀਕਲ 43 ਦੇ ਵਿੱਚ ਆਰਟੀਕਲ 43 ਕੀ ਕਰਦਾ ਵਾ ਮਜ਼ਦੂਰ ਚੋਣ ਮਜ਼ਦੂਰੀ ਨੂੰ ਹੱਲਾਸ਼ੇਰੀ ਦਿੰਦਾ ਵਾ ਠੀਕ ਹੈ ਇਸੇ ਕਰਕੇ ਮਜ਼ਦੂਰੀ ਨੂੰ ਹੱਲਾਸ਼ੇਰੀ ਦੇਣ ਦੇ ਲਈ ਮਨਰੇਗਾ ਸਕੀਮਾ ਜਿਹੜੀ ਇਹ ਸ਼ੁਰੂ ਕੀਤੀ ਗਈ ਸੀ ਨਾਲ ਦੀ ਨਾਲ ਸਾਫ ਸਫਾਈ ਦਾ ਧਿਆਨ ਰੱਖ ਕੇ ਵੀ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਸ ਤੋਂ ਇਲਾਵਾ ਇੱਥੇ ਲਿਖਿਆ ਆਰਟੀਕਲ 40 ਆਰਟੀਕਲ 40 ਹੈ ਜਿਹੜਾ ಗ್ರಾಮ ਪੰਚਾਇਤਾਂ ਦੇ ਨਾਲ ਸੰਬੰਧਿਤ ਹੈ ਮਤਲਬ ਕੀ ਹੈ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਰੱਖਣ ਦਾ ਮਤਲਬ ਕੀ ਹੈ ਦੇਖੋ ਇਹ ਮੈਂ ਤੁਹਾਨੂੰ ਦੱਸਦੀ ਹਾਂ ਹਰ ಗ್ರಾಮ ਪੰਚਾਇਤ ਦਾ ਮਤਲਬ ਹੈ ਕਿ ਹਰ ਪਿੰਡ ਵਿੱਚ ਇੱਕ ਪੰਚਾਇਤ ਹੋਵੇਗੀ ਇਹਦੇ ਵਿੱਚ ਗਾਂਧੀ ਜੀ ਦੇ ਵਿਚਾਰ ਤੇ ਅੰਬੇਡਕਰ ਦੇ ਵਿਚਾਰ ਵਿਵਾਦ ਪੈਦਾ ਹੋਇਆ ਕਿਉਂਕਿ ਗਾਂਧੀ ਜੀ ਕਹਿੰਦੇ ਸੀ ਡਾਕਟਰ ਪੀਮਰਾਓ ਮੇੜਕਰ ਕਹਿੰਦੇ ਸੀ ਕਿ ਜੇਕਰ ਅਸੀਂ ਕੋਈ ਗ੍ਰਾਂਟ ਦੇਵਾਂਗੇ ਤਾਂ ਉਹ ਪਿੰਡ ਦੀ ਜਿਹੜੀ ਪੰਚਾਇਤ ਉਹ ਆਪ ਹੀ ਖਾ ਜਾਵੇਗੀ ਆਮ ਲੋਕਾਂ ਤੱਕ ਨਹੀਂ ਪਹੁੰਚੇਗੀ ਪਰ ਗਾਂਧੀ ਜੀ ਦਾ ਕਹਿਣਾ ਸੀ ਕਿ ਜੇਕਰ ਪੰਚਾਇਤ ਖਾਂਦੀ ਵੀ ਆ ਸਾਰੀ ਤਾਂ ਨਹੀਂ ਖਾਏਗੀ ਜਿਸ ਕੁਝ ਹੱਦ ਤੱਕ ਖਾ ਜਾਂਦੀ ਹੈ ਤਾਂ ਕੁਝ ਤਾਂ ਲੋਕਾਂ ਤੱਕ ਪਹੁੰਚੂਗੀ ਤਾਂ ਇਸ ਕਰਕੇ ਡਾਕਟਰ ਜਿੰਦਰ ਪ੍ਰੇਸ਼ਾਨ ਨੇ ਕਿਹਾ ਸੀ ਕਿ ਰਾਜਾਂ ਦੇ ਨੀਤੀ ਨਿਰਦੇਸ਼ਕ ਤਤਾਂ ਦੇ ਵਿੱਚ ਇਸ ਨੂੰ ਸ਼ਾਮਿਲ ਕਰ ਦਿਓ ಗ್ರಾಮ ਪੰਚਾਇਤਾਂ ਨੂੰ ਕਿ ਜਿਹੜੇ ਰਾਜ ਨੂੰ ਲੱਗੇਗਾ ਕਿ ਅਸੀਂ ಗ್ರಾಮ ਪੰਚਾਇਤ ਬਣਾਉਣੀ ਹੈ ਉਹ ਬਣਾ ਲਵੇਗਾ ਅਤੇ ਜਿਹੜੇ ਨੂੰ ਨਹੀਂ ਲੱਗੇਗਾ ਉਹ ਨਹੀਂ ਬਣਾਵੇਗਾ ਇਸੇ ਕਰਕੇ ਦਿੱਲੀ ਦੇ ਵਿੱਚ ਤਾਂ ਅਜੇ ਤੱਕ ਨਹੀਂ ਬਣੀਗੀ ਤਾਂ ਇਸੇ ਦੇ ਤਹਿਤ ਰਾਜਸਥਾਨ ਪਹਿਲਾ ਰਾਜ ਬਣਿਆ ਸੀ ਜਿਸ ਨੇ ਪੰਚਾਇਤੀ ਰਾਜ ਲਾਗੂ ਕੀਤਾ ਸੀ 2 ਅਕਤੂਬਰ ਕਦੋਂ ਕੀਤਾ ਸੀ 2 ਅਕਤੂਬਰ 1959 ਦੇ ਵਿੱਚ 2 ਅਕਤੂਬਰ ਨੂੰ ਕੀ ਹੁੰਦਾ ਗਾਂਧੀ ਜਨਮ ਦਿਨ ਹੁੰਦੀ ਹੈ ਤੇ ਗਾਂਧੀ ਜੀ ಗ್ರಾಮ ਪੰਚਾਇਤ ਦੇ ਹੱਕ ਵਿੱਚ ਸੀ ਤਾਂ ਇਸੇ ਕਰਕੇ ਗਾਂਧੀ ਜੀ ਦੀ ਜਨਮ ਦਿਤੀ ਕੀਤਾ ਗਿਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਜੇਕਰ ਅੰਬੇਡਕਰ ਦੀ ਜਨਮ ਦਿਤੀ ਕਰ ਦਿੰਦੇ ਤਾਂ ਫਿਰ ਮਤਲਬ ਕਿ ਅੰਬੇਡਕਰਤਾ ਇਹਦੇ ਵਿਰੋਧ ਵਿੱਚ ਸੀਗੇ ਤਾਂ ਇਹ ਗਾਂਧੀ ਜੀ ਦੇ ਹੱਕ ਵਿੱਚ ਸੀ ਇਸ ਕਰਕੇ ਗਾਂਧੀ ਜੀ ਦੀ ਜਨਮ ਦਿਤੀ ਤੇ ਇਸ ਨੂੰ ਲਾਂਚ ਮਤਲਬ ਲਾਗੂ ਕੀਤਾ ਗਿਆ ਰਾਜਸਥਾਨ ਦੇ ਵਿੱਚ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਉਸ ਤੋਂ ਬਾਅਦ ਤਾਂ ਹੁਣ ਸੰਵਿਧਾਨਿਕ ਦਰਜਾ ਮਿਲ ਚੁੱਕਿਆ ಗ್ರಾಮ ਪੰਚਾਇਤਾਂ ਨੂੰ ਮਤਲਬ ਹਰੇਕ ਰਾਜ ਦਾ ਜਿਹੜਾ ਉਹ ਆਪਣੀ ಗ್ರಾಮ ਪੰਚਾਇਤ ਬਣਾਏਗਾ ਇਹ ਜ਼ਰੂਰੀ ਕਰ ਦਿੱਤਾ ਗਿਆ ਸੀ ਆਰਟੀਕਲ 41 ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਆਰਟੀਕਲ 41 41 ਦੇ ਬਾਰੇ ਗੱਲ ਕਰ ਚੁੱਕੇ ਹਾਂ ਠੀਕ ਹੈ ਆਰਟੀਕਲ 42 ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੱਤਾ ਜਨੇਪਾ ਬਾਰੇ ਆਰਟੀਕਲ 43 ਹੈ ਜਿਹੜਾ ਮਨਰੇਗਾ ਸਕੀਮ ਜਾਨੀ ਕਿ ਮਜ਼ਦੂਰਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਸੀਗਾ ਮਜ਼ਦੂਰੀ ਨੂੰ ਤੇ ਇੱਕ ਆਰਟੀਕਲ 43 ए ਵੀ ਆ ਇਹ ਉਦਯੋਗਾਂ ਦੇ ਪ੍ਰਬੰਧਨ ਵਿੱਚ ਮਜ਼ਦੂਰਾਂ ਦੀ ਭਾਗੀਦਾਰੀ ਲਈ ਆ ਠੀਕ ਹੈ ਤੇ ਆਰਟੀਕਲ 43 बी ਸਹਿਕਾਰੀ ਸੁਵਾਂਵਾ ਦੇ ਪ੍ਰਚਾਰ ਦੇ ਨਾਲ ਸੰਬੰਧਿਤ ਨੈਕਸਟ ਹੈ ਬਰਾਬਰ ਕੰਮ ਲਈ ਬਰਾਬਰ ਤਨਖਾਹ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਦਿੱਤੀ ਗਈ ਹੈ ਹਾਂਜੀ ਬਰਾਬਰ ਕੰਮ ਲਈ बराबर तनख्वाह ਇਹ ਸੰਵਿਧਾਨ ਦੀ ਕਿਹੜੀ ਧਾਰਾ ਦੇ ਵਿੱਚ ਦਿੱਤੀ ਗਈ ਆ ਉੱਪਰ ਮੈਂ ਤੁਹਾਨੂੰ ਕਰਵਾਇਆ ਸੀ ਆਰਟੀਕਲ 39 ਦੇ ਵਿੱਚ ਆਰਟੀਕਲ 39 ਦਾ ਖੰਡ ਏ ਠੀਕ ਹੈ ਬਰਾਬਰ ਕੰਮ ਬਰਾਬਰ ਤਨਖਾਹ ਪਰ ਹੁਣ ਇੱਥੇ 39 ਦੇ ਇੱਕੋ ਹੀ ਆਪਸ਼ਨ ਆ 39 ਕਾ ਪਾ ਕੇ ਦਿੱਤੀ ਹੋਈ ਆ ਤਾਂ ਆਪਸ਼ਨ ਇੱਥੇ ਬੀ ਰਾਈਟ ਆਨਸਰ ਆਵੇਗੀ 39 ਕ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਅਲੱਗ-ਅਲੱਗ ਖਾਂਡਾ ਡਿਪੈਂਡ ਕਰਦਾ ਆਪਸ਼ਨ ਤੇ ਜਿਵੇਂ ਪੇਪਰ ਦੇ ਵਿੱਚ ਆਇਆ ਮੈਂ ਤੁਹਾਨੂੰ ਉਸੇ ਤਰ੍ਹਾਂ ਕਰਵਾ ਦਿੱਤਾ ਵਾ ਹੋ ਸਕਦਾ ਬਾਈ ਮਿਸਟੇਕ ਕਈ ਵਾਰੀ ਪੇਪਰ ਪਾਉਂਦੇ ਸਮੇਂ ਉਹਨਾਂ ਤੋਂ ਵੀ ਟਾਈਪਿੰਗ ਦੇ ਵਿੱਚ ਗਲਤੀ ਹੋ ਜਾਂਦੀ ਹੈ ਵੈਸੇ ਕਲਾਉਜ਼ 1 ਨਹੀਂ ਆ ਇਹ ਤੇ ਵੈਸੇ ਇਹਨੂੰ ਸੀ ਵੀ ਮੰਨ ਸਕਦੇ ਹਾਂ ਠੀਕ ਹੈ ਸੀ ਜੈਸੇ ਮੈਂ ਤੁਹਾਨੂੰ ਇਥੇ ਸਾਰੀ ਦੱਸ ਦਿੰਨੀ ਆ 39 ਦੀ ਗੱਲ ਹੋਈ ਆ 39 ਦੇ ਵਿੱਚ ਕੀ ਆ ਰਾਜ ਸਰਕਾਰ ਪਾਲਣ ਕੀਤੇ ਜਾਣ ਵਾਲੇ ਨੀਤੀ ਨਿਰਦੇਸ਼ਕ ਸਿਧਾਂਤਾਂ ਸਿਧਾਂਤ ਦਿੱਤੇ ਗਏ ਆ ਜਿਵੇਂ ਪਹਿਲਾ ਦਿੱਤਾ ਗਿਆ ਵਾ 39 1 ਮਤਲਬ ਸਾਰੇ ਨਾਗਰਿਕਾਂ ਲਈ ਰੋਜੀ ਰੋਟੀ ਦੇ ਟੁਕਮੇ ਸਾਧਨ ਦਾ ਅਧਿਕਾਰ ਫਿਰ ਦਿੱਤਾ ਗਿਆ ਜੀ 2 ਇਹਦੇ ਵਿੱਚ ਆ ਸਾਂਝੇ ਸਾਂਝੇ ਭਲੇ ਲਈ ਭਾਈਚਾਰੇ ਦੇ ਪਦਾਰਕ ਸਰੋਤਾਂ ਦੀ ਬਰਾਬਰ ਵੰਡ ਫਿਰ ਦਿੱਤਾ ਗਿਆ ਕਲੋਜ਼ 3 ਠੀਕ ਹੈ ਜਿਹਨੂੰ স্মੋਲ A স্মੋਲ B স্মੋਲ C ਲਿਖਿਆ ਵੀ ਆ ਸਕਦਾ ਦੌਲਤ ਅਤੇ ਉਤਪਾਦਨ ਦੇ ਸਾਧਨਾਂ ਦੀ ਇਕਾੰਗਰਤਾ ਦੀ ਰੋਕਥਾਮ ਫਿਰ ਦਿੱਤਾ ਗਿਆ ਜੀ 4 ਜਾਨੀ ਕਿ স্মੋਲ ਡੀ ਜਿਹਦੇ ਵਿੱਚ ਕੀ ਪੁੱਛ ਦੇਖੋ ਵੈਸੇ ਵੀ ਕ ਖ ਗ ਕ ਇਹਦਾ मीनिंग ਇਹ ਸੀਗਾ ਠੀਕ ਹੈ ਇਹਦਾ मीनिंग ਇਹੀ ਸੀਗਾ 4 ਤੇ ਆ ਰਿਹਾ ਇਹ ਕਲੌਜ਼ 1 ਪਹਿਲਾਂ ਮੈਂ ਤੁਹਾਨੂੰ ਮਿੰਲਾ ਦਾ ਆਰਟੀਕਲ ਦੇ ਬੰਦ ਦੇ ਵਿੱਚ ਕਰਵਾ ਦਿੱਤਾ ਜਾਂ ਇਹਦੇ ਵਿੱਚ ਕਰਵਾ ਦਿੱਤਾ ਪਰ ਇਹ ਪੇਪਰ ਦੇ ਵਿੱਚ ਇਦਾਂ ਹੀ ਆਇਆ ਹੋਇਆ ਵਾ ਤੇ ਇਹੀ ਸਹੀ ਆ ਦੇਖੋ ਡੀ ਤੇ ਹੀ ਬਣ ਰਿਹਾ ਕਿਉਂਕਿ ਉਹਨਾਂ ਨੇ ਹਿੰਦੀ ਦੇ ਵਿੱਚ ਪੇਪਰ ਸੀਗਾ ਮੈਂ ਜਿਹੜਾ ਚੱਕਿਆ SSC ਦੇ ਪੇਪਰ ਦੇ ਵਿੱਚੋਂ ਉੱਥੇ ਕ ਖ ਗ ਕ ਵ ਤੇਸ ਕਰਕੇ ਇਹਦਾ ਜਿਹੜਾ ਖੰਡ 4 ਆ ਜਿਹਦੇ ਵਿੱਚ ਗੱਲ ਕਹੀ ਗਈ ਆ ਕਿ ਬਰਾਬਰ ਕੰਮ ਤੇ ਬਰਾਬਰ ਤਨਖਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਜੀ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਕਿਸ ਅਨੁਸ਼ੇਦ ਅਧੀਨ ਜੋੜਿਆ ਗਿਆ ਹਾਂਜੀ ਸਿੱਖਾਂ ਦੇ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਜੋੜਿਆ ਗਿਆ ਕਿਹੜੇ ਕੇਸ ਅਨੁਛੇਦ ਦੇ ਵਿੱਚ ਜੋੜਿਆ ਗਿਆ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਵਾ ਤਾਂ ਸਿੱਖਿਆ ਦੇ ਅਧਿਕਾਰ ਨੂੰ ਜੋੜਿਆ ਗਿਆ ਸੀ ਜੀ ਆਰਟੀਕਲ 45 ਦੇ ਵਿੱਚ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਆਰਟੀਕਲ 45 ਕਿਹਦੇ ਨਾਲ ਸੰਬੰਧਿਤ ਆ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਦਾ ਵਾ ਤੇ ਇਸ ਵਿੱਚ ਕੀ ਆ ਕਿ ਇਸ ਇਸ ਨੂੰ ਸੰਵਿਧਾਨ ਦੇ ਸ਼ੁਰੂ ਹੋਣ ਤੋਂ 10 ਸਾਲਾਂ ਦੇ ਅੰਦਰ ਸਾਰੇ ਬੱਚਿਆਂ ਲਈ 14 ਸਾਲ ਦੀ ਉਮਰ ਪੂਰੀ ਕਰਨ ਤੱਕ ਮੁਫਤ ਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਨ ਦਾ ਯਤਨ ਕਰੇਗੀ ਰਾਜ ਸਰਕਾਰ ਠੀਕ ਹੈ ਇਹ ਦੱਸਿਆ ਗਿਆ ਵਾ ਤੇ ਉਸ ਤੋਂ ਬਾਅਦ 86ਵੀਂ ਸੋਧ ਹੋਈ ਸੀ 2002 ਦੇ ਵਿੱਚ ਆਰਟੀਕਲ 21A ਦੇ ਵਿੱਚ ਜੋੜ ਕੇ ਇਸ ਨੂੰ ਮੌਲਿਕ ਅਧਿਕਾਰ ਬਣਾ ਦਿੱਤਾ ਗਿਆ ਸੀਗਾ ਤੇ ਉਹ ਮੌਲਿਕ ਅਧਿਕਾਰਤਾ ਬਣਾਇਆ ਗਿਆ ਪਰ ਕੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹਦੇ ਨਾਲ ਮੌਲਿਕ ਅਧਿਕਾਰਾਂ ਤੇ ਵੀ ਇਫੈਕਟ ਪੈ ਸਕਦਾ ਵਾ ਤਾਂ ਇਸ ਕਰਕੇ ਆਰਟੀਕਲ 45 ਦੇ ਤਹਿਤ ਰਾਜ ਸਰਕਾਰ ਨੇ ਭਲਾਈ ਦਾ ਕੰਮ ਕੀਤਾ ਸੀਗਾ ਕਿ 86ਵੀਂ ਸੋਧ ਹੋਈ 2002 ਦੇ ਵਿੱਚ ਤੇ ਆਰਟੀਕਲ 21ਏ ਦੇ ਵਿੱਚ ਕਹਿ ਦਿੱਤਾ ਗਿਆ ਕਿ ਇਹ ਮੌਲਿਕ ਅਧਿਕਾਰ ਹੈ ਕਿ ਹਰੇਕ ਬੱਚੇ ਦਾ ਬੱਚੇ ਨੂੰ 14 ਸਾਲ ਤੱਕ ਮੁਫਤ ਦੇ ਲਾਜ਼ਮੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਹੁਣ ਇਥੇ ਆਰਟੀਕਲ 44 ਦੀ ਗੱਲ ਹੋਈ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਯੂਨੀਫਾਰਮ ਸਿਵਲ ਕੋਡ ਯੂਨੀਫਾਰਮ ਸਿਵਲ ਕੋਡ ਜੂਸੀਸੀ ਠੀਕ ਹੈ ਤੇ ਜਾਨੀ ਕਿ ਨਾਗਰੀਕਾਂ ਲਈ ਇੱਕਸਾਰ ਸਿਵਲ ਕੋਡ ਜਾਨੀ ਕਿ ਰਾਜ ਭਾਰਤ ਦੇ ਸਾਰੇ ਖੇਤਰ ਵਿੱਚ ਨਾਗਰੀਕਾਂ ਲਈ ਇੱਕ ਸਮਾਨ ਸਿਵਲ ਕੋਡ ਸੁਰੱਖਿਅਤ ਕਰਨ ਦਾ ਯਤਨ ਕਰੇਗਾ ਤੇ ਆਰਟੀਕਲ 46 ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਤੇ ਹੋਰ ਕਮਜ਼ੋਰ ਵਰਗਾਂ ਦੇ ਵਿਦਿਅਕ ਤੇ ਆਰਥਿਕ ਹਿੱਤਾਂ ਨੂੰ ਉਤਸ਼ਾਹਿਤ ਕਰਨਾ ਮਤਲਬ ਜਿੰਨੇ ਵੀ ਕਮਜ਼ੋਰ ਵਰਗ ਦੇ ਮਤਲਬ ਲੋਕ ਆ ਜੇ ਜਿਨ੍ਹਾਂ ਉਹਨਾਂ ਨੂੰ ਗਰੀਬੀ ਪੱਖੋਂ ਮਤਲਬ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਕੋਈ ਨਾ ਕੋਈ ਰਾਖਵਾ ਕਰਨ ਦੇਣਾ ਇਸ ਤਰ੍ਹਾਂ ਦੇ ਉਪਬੰਧ ਇਸ ਦੇ ਵਿੱਚ ਆ ਜਿਵੇਂ ਰਾਖਵਾ ਕਰਨ ਹੁਣ ਵੀ ਮਿਲ ਰਿਹਾ ਵਾ ਉਹ ਆਰਟੀਕਲ 46 ਦੇ ਤਹਿਤ ਮਿਲਦਾ ਵਾ ਆਰਟੀਕਲ 47 ਦੇ ਵਿੱਚ ਆ ਜੀ ਪੋਸ਼ਣ ਦੇ ਪੱਧਰ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਜਨਤਕ ਸਿਹਤ ਵਿੱਚ ਸੁਧਾਰ ਕਰਨਾ ਵੀ ਰਾਜ ਦਾ ਫਰਜ਼ਾ ਸੋਰੀ ਫਰਜ਼ਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਸਕੂਲਾਂ ਦੇ ਵਿੱਚ ਚੱਲਦੀ ਹੈ ਮੈਡੇ ਮਿਲ ਸਕੀਮ ਮੇਰੇ ਨਾਲ ਹੀ ਮਾਈਂਡ ਦੇ ਵਿੱਚ ਨਾ ਕੋਈ ਐਗਜ਼ਾਮਪਲ ਆ ਜਾਂਦੀ ਆ ਜਦੋਂ ਮਾਈਂਡ ਦੇ ਵਿੱਚ ਕੋਈ ਐਗਜ਼ਾਮਪਲ ਆਉਂਦੀ ਆ ਤਾਂ ਜਿਹੜੇ ਜਿਹੜੇ ਸ਼ਬਦ ਮੈਂ ਬੋਲ ਰਹੀ ਹੁੰਦੀ ਆ ਉਹ ਫਿਸਲਨੇ ਸ਼ੁਰੂ ਹੋ ਜਾਂਦੇ ਕਿਉਂਕਿ ਧਿਆਨ ਉਸ ਐਗਜ਼ਾਮਪਲ ਵੱਲ ਚਲਿਆ ਜਾਂਦਾ ਜਿਵੇਂ ਹੁਣੇ ਮੈਂ ਦਿੰ ਲੱਗੀਆਂ ਐਗਜ਼ਾਮਪਲ ਮੇਡੇ ਮੀਲ ਸਕੂਲ ਦੇ ਵਿੱਚ ਮੇਡੇ ਮੀਲ ਚੱਲ ਰਿਹਾ ਵਾ ਠੀਕ ਹੈ ਉਹ ਇਸੇ ਆਰਟੀਕਲ ਦੇ ਤਹਿਤ ਆਰਟੀਕਲ 47 ਇਹ ਵੀ ਰਾਜ ਸਰਕਾਰ ਨੇ ਚਲਾਇਆ ਹੋਇਆ ਵਾ ਤਾਂ ਪੋਸ਼ਣ ਦੇ ਪੱਧਰ ਨੂੰ ਉੱਚਾ ਚੁੱਕਣਾ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਜਨਤਕ ਸਿਹਤ ਵਿੱਚ ਸੁਧਾਰ ਕਰਨਾ ਰਾਜ ਸਰਕਾਰ ਦਾ ਫਰਜ਼ ਆ ਠੀਕ ਹੈ ਨੈਕਸਟ ਹੈ ਰਾਜਾਂ ਦੇ ਨੀਤੀ ਨਿਰਦੇਸ਼ਕ ਸੰਧਾਨ ਤੇ ਸਮੇਂ ਕਿਹੜੇ ਬੁਨਿਆਦੀ ਅਧਿਕਾਰਾਂ ਦੇ ਪ੍ਰਭਾਵੀ ਹਨ ਹਾਂਜੀ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਜਿਹੜੇ ਉਹ ਕਿਹੜੇ ਬੁਨਿਆਦੀ ਅਧਿਕਾਰਾਂ ਤੇ ਪ੍ਰਭਾਵੀ ਹਨ ਮਤਲਬ ਕਿ ਜਾਨਿ ਕੇ ਰਾਜਾਂ ਦੇ ਨੀਤੀ ਨਿਰਦੇਸ਼ਕ ਤਤਾਂ ਨੂੰ ਲਾਗੂ ਕਰਨ ਲਈ ਇਨ੍ਹਾਂ ਮੂਲ ਅਧਿਕਾਰਾਂ ਨੂੰ ਸਾਈਡ ਤੇ ਰੱਖ ਸਕਦੇ ਆ ਕਿਹੜੇ ਮੂਲ ਅਧਿਕਾਰਾਂ ਨੂੰ ਸਾਈਡ ਤੇ ਰੱਖ ਸਕਦੇ ਆ 14 ਤੇ 19 ਨੂੰ ਆਰਟੀਕਲ 14 ਤੇ 19 ਨੂੰ ਸਾਈਡ ਤੇ ਰੱਖ ਸਕਦੇ ਆ ਰਾਜਾਂ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਨ ਲਈ ਨੈਕਸਟ ਹੈ ਹੇਠਾਂ ਦਿੱਤੇ ਅਨੁਛੇਦਾਂ ਵਿੱਚੋਂ ਕਿਹੜਾ ਇੱਕ ਉਦਾਰਵਾਦੀ ਅਤੇ ਗਾਂਦੀਵਾਦੀ ਸਿਧਾਂਤਾਂ ਦਾ ਸੁਮੇਲ ਹੈ ਤਾਂ ਉਦਾਰਵਾਦੀ ਅਤੇ ਗਾਂਦੀਵਾਦੀ ਸਿਧਾਂਤਾਂ ਦਾ ਸੁਮੇਲ ਆਰਟੀਕਲ 48 ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਰਟੀਕਲ 48 ਕਿਸ ਦੇ ਨਾਲ ਸੰਬੰਧਿਤ ਹੈ ਖੇਤੀਬਾੜੀ ਅਤੇ ਪਸ਼ੂਪਾਲਣ ਦੇ ਸੰਗਠਨ ਦੇ ਨਾਲ ਸੰਬੰਧਿਤ ਹੈ ਤੇ ਗਾਂਧੀ ਜੀ ਦਾ ਇਹ ਮੰਨਣਾ ਸੀਗਾ ਕਿ ਦੁੱਧ ਦੁੱਧ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਦੁੱਧ ਵਾਲੇ ਪਸ਼ੂਆਂ ਦੀ ਬਲੀ ਤੇ ਰੋਕ ਲਗਾਈ ਜਾਵੇ ਤੇ ਉਦਾਰਵਾਦੀ ਸੰਗਠਨ ਦੇ ਵਿੱਚ ਹੀ ਆਉਂਦਾ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨਾ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਠੀਕ ਹੈ ਇਹ ਸਾਰਾ ਕਿਹਦੇ ਵਿੱਚ ਆਉਂਦਾ ਵਾ ਉਦਾਰਵਾਦੀ ਦੇ ਵਿੱਚ ਤਾਂ ਇਸ ਕਰਕੇ ਉਦਾਰਵਾਦੀ ਅਤੇ ਗਾਂਦੀਵਾਦੀ ਦੇ ਸਿਧਾਂਤਾਂ ਦਾ ਸੁਮੇਲ ਆ ਆਰਟੀਕਲ 48 ਠੀਕ ਹੈ ਇੱਥੇ ਆਰਟੀਕਲ 43 ਜਿਸ ਵਾਰੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਇਹਦੇ ਨਾਲ ਸੰਬੰਧਿਤ ਆ ਆਰਟੀਕਲ 43 ਸੰਬੰਧਿਤ ਆ ਜੀ ਮਜ਼ਦੂਰਾਂ ਨੂੰ ਮਜ਼ਦੂਰਾਂ ਦੀ ਮਜ਼ਦੂਰੀ ਦੇਣੀ ਮਜ਼ਦੂਰ ਮਤਲਬ ਇਹ ਰਾਜ ਸਰਕਾਰ ਇਦਾਂ ਦੇ ਕੰਮ ਕਰੇਗੀ ਜਿਸ ਨਾਲ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਠੀਕ ਹੈ ਉਦਯੋਗਾਂ ਦੇ ਪ੍ਰਬੰਧ ਵਿੱਚ ਮਜ਼ਦੂਰਾਂ ਦੀ ਭਾਗੀਦਾਰੀ ਆ ਜਿਹੜੀ ਉਹਨੂੰ ਸੁਰੱਖਿਅਤ ਬਣਾਏਗੀ ਇਹੀ ਸੀਗਾ ਤੇ ਆਰਟੀਕਲ 40 ਦੇ ਵਿੱਚ ਕੀ ਸੀਗਾ ಗ್ರಾಮ ਪੰਚਾਇਤ ਵੈਰੀ ਇੰਪੋਰਟੈਂਟ ਪੰਜਾਬ ਪੁਲਿਸ ਕਨਸਟੇਬਲ ਦੇ ਹਰੇਕ ਤੀਜੇ ਪੇਪਰ ਦੇ ਵਿੱਚ ਇਹ ਤੁਹਾਨੂੰ ਮਿਲੇਗਾ ਕਿਉਂਕਿ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰ ਇੱਕ ਦਿਨ ਤਾਂ ਹੁੰਦੇ ਹੀ ਨਹੀਂਗੇ ਮਹੀਨਾ-ਮਹੀਨਾ ਚੱਲਦੇ ਆ ਇੱਕ ਦਿਨ 'ਚ ਦੋ ਪੇਪਰ ਹੁੰਦੇ ਆ ਤਾਂ ਹਰੇਕ ਤੀਜੇ ਪੇਪਰ ਦੇ ਵਿੱਚ ਆਰਟੀਕਲ 40 ਬਾਰੇ ਪੁੱਛਿਆ ਜਾਂਦਾ ਕਿ ಗ್ರಾಮ ਪੰਚਾਇਤਾਂ ਦੇ ਗਠਨ ਦੀ ਜਾਣਕਾਰੀ ਕਿਹੜੇ ਆਰਟੀਕਲ 'ਚ ਮਿਲਦੀ ਆ ਨੈਕਸਟ ਐ ਜੀ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਯੂਨੀਫਾਰਮ ਸਿਵਲ ਕੋਡ ਨਾਲ ਸੰਬੰਧਿਤ ਆ ਯੂਨੀਫਾਰਮ ਸਿਵਲ ਕੋਡ ਹੁਣ ਤੱਕ ਮੈਂ ਤੁਹਾਨੂੰ ਕੋਡ ਦੇ ਬਾਰੇ ਤਾਂ ਇਹ ਕਿਹਦੇ ਨਾਲ ਸੰਬੰਧਿਤ ਆ ਆਰਟੀਕਲ 44 ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ 44 ਦੇ ਨਾਲ ਸੰਬੰਧਿਤ ਜੁਨੀਫਾਰਮ ਸਿਵਲ ਕੋਡ ਠੀਕ ਹੈ ਇਸ ਤੋਂ ਇਲਾਵਾ ਆਰਟੀਕਲ 49 ਦੀ ਜੇਕਰ ਅਸੀਂ ਗੱਲ ਕਰੀਏ ਕਿਉਂਕਿ ਮੈਂ ਤੁਹਾਨੂੰ 48 ਤੱਕ ਦੱਸ ਦਿੱਤੇ ਆ 49 50 51 ਰਹਿ ਗਏ ਆ ਉਨਾ ਵਾਰੀ ਵੀ ਆਪਾਂ ਗੱਲ ਕਰ ਲੈਨੇ ਆ ਚਲੋ ਅੱਗੇ ਵੈਸੇ ਮੈਂ ਐਜ਼ ਆਮਸੀਕਿਊ ਹੀ ਐਡ ਕੀਤੇ ਹੋਇਆ ਤਾਂ ਜੋ ਤੁਹਾਡੇ ਲਈ ਕਲਾਸ ਬੋਰਿੰਗ ਨਾ ਬਣੇ ਨੈਕਸਟ ਐਜ਼ ਇ ਨਿਆ ਪਾਲਿਕਾ ਤੇ ਕਾਰਜਪਾਲਿਕਾ ਦਾ ਵੱਖਰਾਕਰਨ ਕਿਸ ਲੇਖ ਵਿੱਚ ਕੀਤਾ ਗਿਆ ਜਾਨਕਿ ਕਿ ਕਿਹੜੀ ਧਾਰਾ ਦੇ ਵਿੱਚ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਨਿਆ ਪਾਲਿਕਾ ਤੇ ਕਾਰਜਪਾਲਿਕਾ ਵੱਖਰੇ ਵੱਖਰੇ ਕੰਮ ਕਰੇਗੀ ਤਾਂ ਇਹ ਜਾਣਕਾਰੀ ਮਿਲਦੀ ਹੈ ਜੀ ਸਾਨੂੰ ਆਰਟੀਕਲ 50 ਦੇ ਵਿੱਚ ਆਰਟੀਕਲ 50 ਕੀ ਕਹਿੰਦਾ ਵਾ ਆਰਟੀਕਲ 50 ਦੇ ਵਿੱਚ ਜਾਣਕਾਰੀ ਮਿਲਦੀ ਹੈ ਕਿ ਨਿਆਂਪਾਲਿਕਾ ਤੇ ਕਾਰਜਪਾਲਿਕਾ ਦਾ ਕੰਮ ਅਲੱਗ-ਅਲੱਗ ਹੋਣਾ ਚਾਹੀਦਾ ਯਾਨੀ ਕਿ ਰਾਜ ਇਸ ਤਰ੍ਹਾਂ ਦੀ ਕੋਸ਼ਿਸ਼ ਕਰੇਗਾ ਕਿ ਨਿਆਂਪਾਲਿਕਾ ਤੇ ਕਾਰਜਪਾਲਿਕਾ ਦੇ ਕੰਮ ਅਲੱਗ-ਅਲੱਗ ਹੀ ਰਹਿਣ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਆਰਟੀਕਲ 51 ਆਰਟੀਕਲ 52 ਵੀ ਐਸ ਆਮਸੀਕਿਊ ਹੀ ਪੜਾਂਗੇ ਹੁਣ ਤੁਸੀਂ ਸੋਚੋਗੇ ਕਿ ਆਰਟੀਕਲ ਵਿੱਚੋਂ 49 ਤੇ 50 ਰਹਿ ਗਏ 49 ਰਹਿ ਗਿਆ 49 ਦੇ ਵਿੱਚ ਰਾਸ਼ਟਰੀ ਮਹੱਤਵ ਵਾਲੇ ਸਮਾਰਕਾਂ ਸਥਾਨਾਂ ਤੇ ਵਸਤੂਆਂ ਦੀ ਸੁਰੱਖਿਆ ਮਤਲਬ ਸਾਡੇ ਜਿੰਨੇ ਵੀ ਰਾਸ਼ਟਰੀ ਮਹੱਤਵ ਵਾਲੇ ਯਾਨੀ ਕਿ ਇਹ ਕਹਿ ਸਕਦੇ ਆ ਕਿ ਸਾਡੀਆਂ ਜਿੰਨੀਆਂ ਵੀ ਇਤਿਹਾਸਿਕ ਸਥਾਨ ਆ ਜਿਹੜੇ ਉਨ੍ਹਾਂ ਨਦੀ ਦੀ ਸੁਰੱਖਿਆ ਕਰਨਾ ਵੀ ਰਾਜ ਸਰਕਾਰ ਦਾ ਹੀ ਕੰਮ ਤੇ ਰਾਸ਼ਟਰੀ ਮਹੱਤਵ ਵਾਲੇ ਸਮਾਰਕ ਸਥਾਨਾਂ ਤੇ ਵਸਤੂਆਂ ਦੀ ਸੁਰੱਖਿਆ ਕਰਨਾ ਰਾਜ ਸਰਕਾਰ ਦਾ ਫਰਜ਼ ਆ ਤੇ ਰਾਜ ਸਰਕਾਰ ਇਦਾਂ ਦੇ ਕਾਨੂੰਨ ਬਣਾ ਸਕਦੀ ਆ ਇਹ ਤੁਹਾਨੂੰ ਪੂਰੀ ਡਿਟੇਲਸ ਦੱਸਾਂ ਤਾਂ ਇਹਦਾ मीनिंग ਇਹ ਆ ਕਿ ਇਹ ਰਾਜ ਸਰਕਾਰ ਦਾ ਫਰਜ਼ ਹੋਵੇਗਾ ਕਿ ਉਹ ਹਰ ਸਮਾਰਕ ਜਾਂ ਸਥਾਨ ਜਾਂ ਕਿਸੇ ਵੀ ਇਤਿਹਾਸਿਕ ਸਥਾਨ ਜਿਸ ਨੂੰ ਸੰਸਦ ਦੁਆਰਾ ਰਾਸ਼ਟਰੀ ਮਹੱਤਵ ਵਾਲਾ ਘੋਸ਼ਿਤ ਕੀਤਾ ਗਿਆ ਉਸ ਨੂੰ ਲੁੱਟਣ ਵਿਗਾੜਨ ਵਿਨਾਸ਼ ਹਟਾਉਣ ਨਿਪਟਾਰੇ ਜਾਨੀਰ ਜਾਤ ਤੋਂ ਬਚਾਉਣਾ ਰਾਜ ਸਰਕਾਰ ਦਾ ਫਰਜ ਆ ਠੀਕ ਹੈ ਆਰਟੀਕਲ 50 ਆ ਜਿਹੜਾ ਇਹ ਨਿਆਂਪਾਲਿਕਾ ਤੋਂ ਕਾਰਜਪਾਲਿਕਾ ਨੂੰ ਵੱਖ ਕਰਦਾ ਵਾ ਆਰਟੀਕਲ 51 ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਤਸਾਹਿਤ ਕਰਦਾ ਮਤਲਬ ਕਿ ਰਾਜ ਸਰਕਾਰ ਇਦਾਂ ਦੇ ਕੰਮ ਕਰੇਗੀ ਕਿ ਅੰਤਰਰਾਸ਼ਟਰੀ ਸ਼ਾਂਤੀ ਆ ਜਿਹੜੀ ਉਹ ਬਣੀ ਰਹੇ ਤੇ ਕੌਮਾਂ ਵਿੱਚ ਘਰ ਨਿਆਂਪੂਰਨ ਅਤੇ ਸਮਾਨਜਨਕ ਸਬੰਧ ਕਾਇਮ ਰਹਿਣ ਤੇ ਇੱਕ ਦੂਜੇ ਨਾਲ ਸੰਗਠਿਤ ਲੋਕ ਮਤਲਬ ਲੋਕ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਵਧਾਉਣ ਅੰਤਰਰਾਸ਼ਟਰੀ ਕਾਨੂੰਨ ਬਣਾਉਣ ਅਤੇ ਸੰਧੀਆਂ ਦੀ ਸੰਧੀਆਂ ਜਿੰਨੀਆਂ ਵੀ ਹੁੰਦੀਆਂ ਵਾ ਉਹਨਾਂ ਨੂੰ ਲਈ ਉਹਨਾਂ ਦਾ ਸਤਿਕਾਰ ਕਰਨ ਠੀਕ ਹੈ ਇਹਨਾਂ ਆ ਕੇ ਕਿਸੇ ਨਾਲ ਆਪਣੀ ਵਿਗਾਰਦਨ ਹਾਂਜੀ ਕਿਹੜਾ ਅਨੁਛੇਦ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਆਰਟੀਕਲ 51 ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੀ ਇਹਨਾਂ ਵਿੱਚੋਂ ਕਿਹੜਾ ਮੇਲ ਨਹੀਂ ਖਾਂਦਾ ਹਾਂਜੀ ਇਹਨਾਂ ਵਿੱਚੋਂ ਕਿਹੜਾ ਲੱਗਾ ਆਰਟੀਕਲ 40 ਕਿਸ ਦੇ ਨਾਲ ਸੰਬੰਧਿਤ ਹੈ ಗ್ರಾಮ ਪੰਚਾਇਤਾਂ ਦੇ ਗਠਨ ਨਾਲ ਆਰਟੀਕਲ 43 ਯੂਨੀਫਾਰਮ ਸਿਵਲ ਕੋਡ ਨਾਲ ਆਰਟੀਕਲ 39 ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਿੱਖਿਆ ਹੁਣ ਇਹ ਦੀ ਗੱਲ ਹੋ ਗਈ ਨਾ ਇਹ ਆ ਬਰਾਬਰ ਨੇ ਆ ਤੇ ਕਾਨੂੰਨੀ ਮੁਫਤ ਕਾਨੂੰਨੀ ਸਿੱਖਿਆ ਦੇ ਨਾਲ ਸੰਬੰਧਿਤ ਠੀਕ ਹੈ ਉਹ ਡੀਓਈ ਸੀਗਾ ਜਿਹੜਾ ਤਨਖਾਹ ਬਾਰੇ ਜਾਣਕਾਰੀ ਦਿੰਦਾ ਤਾਂ ਆਰਟੀਕਲ 41 ਆਰਟੀਕਲ 41 ਕਿਹਦੇ ਨਾਲ ਸੰਬੰਧਿਤ ਸੀਗਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਆਰਟੀਕਲ 41 ਦੀ ਆਪਸ਼ਨ ਇੱਥੇ ਗਲਤ ਹੈ ਜੀ ਆਰਟੀਕਲ 41 ਆਰਟੀਕਲ 41 ਸੀਗਾ ਜੀ ਸੰਬੰਧਿਤ ਗੁਰੂਜਗਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਰਾਜਾਂ ਨੂੰ ਕੰਮ ਕਰਨਾ ਚਾਹੀਦਾ ਤੇ ਬਜ਼ੁਰਗਾਂ ਦੀ ਸਹਾਇਤਾ ਕਰਨੀ ਚਾਹੀਦੀ ਆ ਇਹ ਆਰਟੀਕਲ 41 ਦੇ ਵਿੱਚ ਸੀਗਾ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਸੰਗਠਨ ਆ ਜਿਹੜਾ ਇਹ ਮੈਂ ਤੁਹਾਨੂੰ ਆਰਟੀਕਲ 28 ਦੇ ਵਿੱਚ ਕਰਵਾਇਆ ਵਾ ਤੇ ਇਥੇ ਹੀ ਗਲਤੀ ਆ ਸੋਰੀ 28 ਨਹੀਂ 48 ਕਹਿਣਾ ਸੀ 48 ਦੇ ਵਿੱਚ ਕਰਵਾਇਆ ਹੁਣ ਦੇਖੋ ਇੱਥੇ ਇਸ ਦੇ ਨਾਲ ਮੇਰੀ ਅੱਜ ਦੀ ਕਲਾਸ ਦਾ MCQ ਤਾਂ ਖਤਮ ਹੋ ਗੇ ਪਰ ਇੱਕ ਵਾਰੀ ਸਟਾਰਟਿੰਗ ਵਾਲੇ ਆਰਟੀਕਲ ਤੁਸੀਂ ਸੋਚੋਗੇ ਕਿ ਮੈਂ ਤੁਹਾਨੂੰ ਆਰਟੀਕਲ 36 ਨਹੀਂ ਕਰਵਾਇਆ ਤਾਂ ਆਰਟੀਕਲ 36 ਦੇ ਵਿੱਚ ਜੀ ਲਿਖਿਆ ਹੋਇਆ ਰਾਜ ਦੀ ਪਰਿਭਾਸ਼ਾ ਦਿੱਤੀ ਹੋਈ ਆ ਕਿ ਰਾਜ ਦਾ ਮਤਲਬ ਕੀ ਆ ਉਹ ਕਹਿੰਦੇ ਰਾਜ ਦਾ ਮਤਲਬ ਕੀ ਆ ਕਿ ਰਾਜ ਉਹ ਸੰਸਥਾ ਜੋ ਆਪਣੇ ਪੈਸੇ ਲਈ ਆਤਮ ਨਿਰਭਾਰਾ ਮਤਲਬ ਆ ਆ ਆਪ ਦਾ ਕੰਮ ਆ ਜਿਹੜਾ ਆਪ ਹੀ ਕਰਦੀ ਆ ਆਪ ਆਪ ਜਿਹੜਾ ਕੋਈ ਆਪਣਾ ਖੇਤਰ ਆ ਆਪਦੇ ਕੋਈ ਨਿਜ਼ਮ ਕਾਨੂੰਨ ਬਣਾ ਸਕਦੇ ਹੋ ਉਹੀ ਰਾਜ ਆ ਮਤਲਬ ਰਾਜ ਸਰਕਾਰ ਵੀ ਹੋ ਸਕਦੀ ਆ ਬਿਜਲੀ ਵਿਭਾਗ ਵੀ ਹੋ ਸਕਦਾ 에어ਪੋਰਟ ਅਥਾਰਟੀ ਆਫ ਇੰਡੀਆ ਵੀ ਹੋ ਸਕਦਾ ਇਸ ਤਰ੍ਹਾਂ ਰਾਜ ਦੀ ਪਰਿਭਾਸ਼ਾ ਦਿੱਤੀ ਆ ਆਰਟੀਕਲ 37 ਕਹਿੰਦਾ ਕਿ ਜੇਕਰ ਰਾਜ ਸਰਕਾਰ ਕੋਈ ਸਹੂਲਤ ਨਹੀਂ ਦਿੰਦੀ ਜਿਵੇਂ ਰਾਸ਼ਨ卡ਡ ਤੇ ਰਾਸ਼ਨ ਨਹੀਂ ਦਿੰਦੀ ਤਾਂ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਨਹੀਂ ਜਾ ਸਕਦੇ ਕੇਸ ਕਰਨ ਦੇ ਲਈ ਠੀਕ ਹੈ ये ये जो जो MCQ ਦੇ ਆਰਟੀਕਲ 2 ਜਿਹੜੇ ਆਪਣੇ ਰਹਿ ਗਏ ਸੀ ਬਾਕੀ ਮੈਂ ਤੁਹਾਨੂੰ ਕਰਵਾ ਦਿੱਤੇ ਐਜ਼ ਆਈ ਐਮ ਸੀ ਕਿਊ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਤੇ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਵੀ ਕਲਾਸਿਸ ਕਵਰ ਕਰਵਾਈਆਂ ਹੋਈਆਂ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ ਤੇ ਅੱਜ ਦੀ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕੱਲ ਦਾ ਸਾਡਾ ਟੌਪਿਕ ਮੌਲਿਕ ਕਰਤਾਰ ਨੂੰ ਪੂਰੀ ਸੀਕੁਐਂਸ ਵਾਈਜ਼ ਸੀਰੀਜ਼ ਦੇ ਵਿੱਚ ਕਵਰ ਕਰਨ ਵਾਲੀਆਂ ਹਾਂ ਅਸੀਂ ਤਾਂ ਧੰਨਵਾਦ ਜੀ ਥੈਂਕ